ਫੋਨ ਕਰਕੇ ਕਹਾਂ ਵੀ ਪਹਿਲਾਂ ਉਹਨੂੰ ਗੋਲੀਆਂ ਧਰ ਕੇ ਆਉਣਾ, ਹੈਲੋ ਓਏ ਮੈਂ ਗੇਟ ਕੋਲ ਧਰ ਕੇ ਆਉਣਾ ਚਾਹਾਂਗਾ ਮਗਰਲੇ ਕੋਲ, ਉੱਥੋਂ ਚੱਕ ਨਹੀਂ ਰਹਿ ਤੂੰ, ਸਾਹਮਣੇ ਤਾਂ ਨਹੀਂ ਕੋਈ ਹੈ ਨਹੀਂ, ਚੱਲ ਮੇਰੀ ਗੱਲ ਸੁਣ, ਮੈਂ ਗੇਟ 'ਤੇ ਜਮ੍ਹਾਂ ਨਾਲ ਰੱਖ ਗਿਆ ਚੰਗਾ, ਉੱਥੋਂ ਚੱਕ ਨਹੀਂ ਹੋਣਾ ਉਹਦਾ, ਚੱਲ ਠੀਕ ਆ ਚੰਗਾ। ਮੁੜ ਵੀ ਗਿਆ ਧਰ ਕੇ ਇੱਥੇ ਗੇਟ ਵੀ ਨਾ ਲਵੇ, ਕੀ ਆ ਓਏ ਆ ਜਾਣਾ ਯਾਰ ਬਾਹਰ, ਇੱਕ ਮਿੰਟ ਰੋਕ ਤੈਨੂੰ ਮੈਂ ਦਿੰਦੀ, ਕੀ ਹੋਇਆ ਆ ਜਾ ਬਾਹਰ, ਅੰਦਰ ਕੀ ਕਰਦੀ ਆ, ਨਹਾਉਣ ਲੱਗਦੇ ਆ ਹਜੇ ਤਾਂ ਮੈਂ ਪਾਣੀ ਵੀ ਨਹੀਂ ਪਾਇਆ ਬਾਲਟੀ 'ਚ, ਫੇਰ ਨਹਾਲੀ ਤੂੰ ਆ ਜਾ, ਆਈ ਨਾ ਮੇਰਾ ਜੀਣਾ ਦੁੱਬਰ ਕਰ ਰੱਖਿਆਗਾ, ਕੀ ਹੋਇਆਗਾ ਤੈਨੂੰ, ਕਿੱਥੇ ਮੈਨੂੰ ਪਤਾ ਆ, ਮੈਨੂੰ ਨਾ ਆ ਲੈਣ ਦੇ, ਕੀ ਕਰਦੀ ਆ ਮਾਂ, ਚਾਹ ਪਾਣੀ ਲਿਆਉਣੀ ਆ ਚੰਗਾ, ਇੱਧਰ ਆ ਜਾਓ ਰੇ, ਇੱਧਰਲੀ ਸਾਈਡ ਆ ਜਾਓ ਤੇ ਜੀ ਜੀ, ਸਾਰੀ ਰਸਤਾ ਤਾਂ ਗੱਡੀ ਜਰੂਰ ਝਾਤੀ ਝਾਤੀ ਕਰਦੇ ਹਾਂ, ਹੁਣ ਕੋਲੇ ਬੈਠੀ ਆ ਕੋਈ ਗੱਲ ਨੀ, ਝਾਤੀ ਕੀਤੀ ਆ ਮੈਂ ਕੀ ਕੀਤਾ, ਚੰਗਾ ਮੈਂ ਤਾਂ ਬੈਠੀ ਕਹਿ ਰਹੀ ਸੀ, ਹੁਣ ਖੇਡੀ ਕੀ ਖੇਡੀ ਖੇਡੀ ਏ ਕਿਉਂ ਕਿਉਂ ਕਹਦੀ ਕਿਉਂ, ਮੰਮੀ ਵੇਖ ਕਰੇ ਕਹਿੰਦੇ ਖੇਡਣਾ ਕੰਗਣਾ ਠੀਕ ਹੈ, ਮੈਂ ਗਲਤ ਸੋਚ ਗਈ ਸੀਗੀ, ਫਿਰ ਆਇਆ ਚੱਲੀ
ਚੱਲ ਕੋਈ ਗੱਲ ਨੀ, ਇਧਰ ਬਾਹਰ ਬਹਿ ਜਾ ਸੋਈ ਆਪਾਂ ਉਰੇ ਕਰਦੇ ਪਰਸੋਂ ਥੱਕ ਗਏ ਆ ਕੀ ਕੀ ਮੈਂ ਕਿਹਾ ਸੀ ਮੈਂ ਪਰਸੋਂ ਸਾਡੇ ਨਾਲ ਕੀ ਹੈ ਕਿ ਇੱਕ ਸਮਾਨ ਹੈ ਮੇਕਅਪ ਦਾ ਹੋਰ ਕੀ ਹੋਣਾ ਕਿਉਂ ਫਿਰ ਆ ਜਾ ਸੌਂ ਜਾ ਸੌਣਾ ਹੋਰ ਫਿਰ ਵਿਆਹ ਕੀ ਹੁੰਦਾ ਤੈਨੂੰ ਪਤਾ ਨਾ ਮੈਂ ਕੌਣ ਆ ਬਹੂ ਮੇਰੀ ਤੇ ਤੈਨੂੰ ਬਹੂ ਦਾ ਪਤਾ ਕੱਲਾ ਤੇ ਉਦੋਂ ਬਾਅਦ ਤੈਨੂੰ ਕੁਛ ਫਿਰ ਮੰਮੀ ਨੇ ਦੱਸਿਆ ਸੀ ਵੀ ਬਹੂ ਲਿਆਉਣੀ ਆ ਫਿਰ ਬਹੂ ਲਿਆਤੀ ਤੂੰ ਮੇਰੀ ਬਹੂ ਆਂਗੀ ਹੋਰ ਮੰਮੀ ਨੇ ਕੁਛ ਨਹੀਂ ਦੱਸਿਆ ਨਾ ਵੀ ਮੰਮੀ ਕਹਿੰਦੀ ਚੁੱਪ ਕਰਕੇ ਰਹੀ ਬਹੂ ਸਾਹਮਣੇ ਵੀ ਕੱਲਾ ਪੈ ਨਹੀਂ ਚੁੱਪ ਕਰਕੇ ਐਂ ਕਹਿਤਾ ਮੰਮੀ ਨੇ ਹੋਰ ਨਹੀਂ ਕੁਛ ਕਿਹਾ ਕੁਛ ਨਹੀਂ ਕਿਹਾ ਵੀ ਬੋਲੀ ਨਾ ਪਾ ਮੰਮੀ ਨੇ ਕਿਹਾ ਵੀ ਬੋਲੀ ਨਾ ਬਹੁ ਲਿਆਤੀ ਮੈਂ ਬਾਈ ਸੋਹਣੀ ਆ ਬਹੁ ਕਿੱਥੇ ਫਸ ਗਈ ਕਾਹਤੋਂ ਕਰੀ ਜਾਂਦਾ ਜਿਵੇਂ ਕੁਛ ਖਾਧਾ ਹੁੰਦਾ ਇਹਦਾ ਬਹੁ ਇੰਨਾ ਸਪੈਸ਼ਲ ਦਿਨ ਅੱਜ ਆ ਕੀ ਕਰੀ ਜਾਂਦੀ ਆ ਕੀ ਹੋ ਗਿਆ ਆ ਕੀ ਕਰੀ ਤੂੰ ਸੌਂ ਜਾਣਾ ਚੁੱਪ ਕਰਕੇ ਪਈ ਆ ਫਿਰ ਹੋਰ ਮੈਂ ਮੰਮੀ ਨੂੰ ਦੱਸ ਦੂੰ ਆ ਕੀ ਕਰੀ ਜਾਂਦੀ ਆ ਤੂੰ ਮੰਮੀ ਨੂੰ ਦੱਸ ਹਾਂ ਹੱਦ ਆ ਯਾਰ ਪਏ ਨਾ ਕੀ ਗੱਲ ਤੇ ਤੂੰ ਸੌਂ ਜਾ ਪਰ ਮੂੰਹ ਕਰਕੇ ਤੂੰ ਮੇਰੇ ਨਾਲ ਪੈਣਾ ਨੀ ਤੇ ਪਿਆ ਤਾਂ ਹੈਗਾ ਚੁੱਪ ਕਰਕੇ ਕਾਹਤੋਂ ਨੀ ਸੁਣਦੀ ਤੂੰ ਮੰਮੀ ਮੰਮੀ ਇਹਨੂੰ ਕਾਹਦੇ ਵਾਸਤੇ ਆਵਾਜ਼ਾਂ ਮਾਰੀ ਜਾਂਦਾ ਮੰਮੀ ਆਉਣ ਦੇ ਆ ਗਈ ਮੰਮੀ ਹਾਂ ਪੁੱਤ ਮੰਮੀ ਹੜਦੀ ਨੀ ਹੈਗੀ ਇਹ ਕੀ ਹੋ ਗਿਆ ਉਹ ਪੰਗੇ ਜਿਹੜੇ ਜਾਂਦੇ ਸੌਂਦੀ ਨੀ ਚੁੱਪ ਕਰਕੇ ਕੋਈ ਨਾ ਪੁੱਤ ਪੈ ਜਾ ਤੂੰ ਸੌਣ ਨੀ ਦਿੰਦੀ ਮੰਮੀ ਪੈ ਜਾ ਮੰਮੀ ਇਹ ਹਰਕਤਾਂ ਇਸ ਤਰ੍ਹਾਂ ਦੀਆਂ ਨਾ ਹੁਣ ਨਾ ਬੋਲ ਪੈ ਜਾ ਤੁਸੀਂ ਇਹ ਨੀ ਹੜਦੀ ਕੁਛ ਨੀ ਕਹਿੰਦੀ ਇਹ ਪੈ ਜਾ ਤੂੰ ਆਏ ਜੇ ਕਾਹਤੋਂ ਕਰਦੇ ਜਿਵੇਂ ਦਿਮਾਗ ਜਿਹਾ ਖਰਾਬ ਹੁੰਦਾ ਇਹਦਾ ਨਾ ਹੁਣ ਕਰਦਾ
ਕੁਛ ਨਹੀਂ ਕਹਿੰਦੇ ਮੈਂ ਤਾਂ ਤੇਰੇ ਨਾਲ ਪਾਉਂਗਾ ਪਾਏ ਜਾ ਪਾਏ ਮੈਂ ਨਹੀਂ ਹਟਦੀ ਨਹੀਂ ਹੈਗੀ ਕੀ ਕਹਿੰਦੇ ਆ ਟਿਕਦੀ ਨਹੀਂ ਹੈਗੀ ਚੰਗਾ ਜਾ ਫਿਰ ਮੇਰੇ ਨਾਲ ਪਾਏ ਜੀ ਪਤਾ ਕਰ ਕਿੰਨਾ ਸਪੈਸ਼ਲ ਦੇਣਾਗਾ ਮੇਰੇ ਲਈ ਤੇ ਇਹਦੇ ਲਈ ਹੋਰ ਤੇ ਇਹਨੂੰ ਜਿਵੇਂ ਕੁਛ ਪਤਾ ਹੀ ਨਹੀਂ ਹੁੰਦਾ ਐਂ ਬਿਹੇਵ ਕਰ ਲਿਆਗਾ ਜਿਵੇਂ ਅਜਨਬੀ ਹੁੰਦਾ ਮੇਰੇ ਵਾਸਤੇ ਪਾਏ ਜਾ ਤੂੰ ਮੈਂ ਨਹੀਂ ਮੈਂ ਤਾਂ ਜਾਊਂਗਾ ਪਹਿਲਾਂ ਨੀ ਕਰਦਾ ਸੀ ਤਾਂ ਉਹੀ ਕਰਦਾ ਪਾਈ ਜੂ ਕੋਈ ਨਾ ਪਾਏ ਜਾ ਨਹੀਂ ਹੁਣ ਨੀ ਬੋਲਦਾ ਮੇਰੇ ਨਾਲ ਨੀ ਪੈਣਾ ਤੂੰ ਹਟਦੀ ਚੁੱਪ ਕਰਕੇ ਪੈਣੀ ਹੈ ਚੁੱਪ ਕਰਕੇ ਪਿਆ ਨੀ ਆਂਦਾ ਅੱਛਾ ਮੈਂ ਚੁੱਪ ਕਰਕੇ ਪੈ ਜਾ ਹਾਂ ਤੈਨੂੰ ਬੁਲਾਵਾਂ ਨਾ ਨਾ ਕਿਉਂ ਤੂੰ ਮੇਰੇ ਨਾਲ ਕਿਉਂ ਨਹੀਂ ਪੈਣਾ ਉਹਦੇ ਦਰ ਤੂੰ ਤਾਂ ਹਟਦੀ ਨਹੀਂ ਹੈਗੀ ਮੈਨੂੰ ਤਾਂ ਅੱਜ ਖੇਡੇਂਗੀ ਤੂੰ ਮੈਂ ਤੇਰੇ ਨਾਲ ਖੇਡੂੰਗੀ ਤੂੰ ਮੈਨੂੰ ਖੇਡਣ ਵਾਸਤੇ ਲੈ ਕੇ ਆਇਆ ਵਿਆਹ ਕੇ ਹੋਰ ਮੰਮੀ ਕਹਿੰਦੀ ਬਹੂ ਨਾਲ ਖੇਡਿਆ ਕਰੀ ਤੂੰ ਕਹਿੰਦੀ ਬਹੂ ਤੇਰੀ ਖੇਡੂ ਹੋਰ ਤੈਨੂੰ ਕੁਛ ਨੀ ਪਤਾ ਮੇਰੇ ਨਾਲ ਪੈਣਾ ਨੀ ਤੂੰ ਪੈਣਾ ਤੂੰ ਹਟਦੀ ਨੀ ਹੈਗੀ ਸੌਣ ਤਾਂ ਦਿੰਦੀ ਨੀ ਹੈਗੀ ਇਹਦੇ ਚ ਕੀ ਗਲਤ ਹੈ ਮੈਂ ਮੰਮੀ ਨੂੰ ਦੱਸੂਗਾ ਤਾਂ ਮੰਮੀ ਕੋਲੇ ਜਾਣਾ ਗਾ ਹੁਣ ਉਰੇ ਨੀ ਪੈਣਾ ਮੈਂ ਨੀ ਪੈਂਦਾ ਤੇਰੇ ਕੋਲੇ ਤੂੰ ਤਾਂ ਗਲਤ ਗੱਲਾਂ ਕਰਦੀ ਆ ਪਾ ਜਾ ਤੂੰ ਕੱਲੀ ਆਪਦੀ ਮੇਰੀ ਇੰਨੀ ਮਾੜੀ ਕਿਸਮਤ ਆ ਮੇਰਾ ਘਰ ਵਾਲਾ ਕਹਿੰਦਾ ਮੈਂ ਗੰਦੀਆਂ ਹਰਕਤਾਂ ਕਰ ਰਹੀ ਆ ਮੰਮੀ ਕੋਲੇ ਪਊ ਆਈ ਕਿਆ ਤੂੰ ਕਰ ਰਿਹਾ ਗਾ ਮੈਨੂੰ ਕੁਛ ਸਮਝ ਨੀ ਆਉਂਦਾ ਹੁਣ ਮੈਂ ਇੱਥੇ ਕਿਹਨੂੰ ਦੱਸਾਂ ਕੀ ਕਹਾਂ ਮੰਮੀ ਨੂੰ ਫੋਨ ਲਾ ਕੇ ਦੱਸਦੀ ਹਾਂ ਜੀ ਮੈਂ ਤਾਂ ਇਹ ਤਾਂ ਹਜੇ ਸੁੱਤੀ ਪਏ ਨੇ ਮਾਂ ਪੁੱਤ ਚੱਕੂਗੀ ਹੈਲੋ 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 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਏ ਹੋਰ ਠੀਕ ਹੋ ਠੀਕ ਹੈ ਵਧੀਆ ਅੱਛਾ ਇੰਨੇ ਸੁਨੇਹਾ ਹਾਂਜੀ ਮੰਮੀ ਇੰਨਾ ਸੁਨੇਹਾ ਫੋਨ ਲਾਇਆ ਖੈਰ ਆ ਖੈਰ ਹੀ ਆ ਮੰਮੀ ਕੀ ਹੋ ਗਿਆ ਮੰਮੀ ਤੁਸੀਂ ਮਾੜਾ ਮੋਟਾ ਦੇਖਿਆ ਨੀ ਸੀਗਾ ਕੁਛ ਵੀ ਕੀ ਹੋ ਗਿਆ ਹੁਣ ਕੀ ਹੋਣਾ ਗਾ ਜਿਹਨੂੰ ਵਿਆਹ ਕੇ ਆਈਆਂ ਦੇਖੇ ਮੈਨੂੰ ਤਾਂ ਐਂ ਲੱਗਦਾ ਜਿਵੇਂ ਦਿਮਾਗ ਤੋਂ ਮੈਂਟਲੀ ਹੁੰਦਾ ਗਾ ਮੰਮੀ ਉਹਦੇ ਤਾਂ ਹਰਕਤਾਂ ਹੀ ਬਹੁਤ ਹੋਰ ਹਿਸਾਬ ਦੀਆਂ ਨੇਗੀਆਂ ਅੱਛਾ ਕੀ ਕਰਦਾ ਸੀ ਨਾ ਉਹਨੂੰ ਤਾਂ ਕੁਛ ਵੀ ਨੀ ਪਤਾ ਆਉਣ ਸਾਰ ਜਦੋਂ ਕੱਲ ਸ਼ਾਮ ਨੂੰ ਬੈਠੇ ਆਂਗੇ ਆ ਕੇ ਮੈਨੂੰ ਬੋਲਦਾ ਮੇਰੇ ਨਾਲ ਖੇਡੇਂਗੇ ਤੂੰ ਤੇ ਮੈਂ ਉਹਦੀ ਮੰਮੀ ਨੂੰ ਕੋਲੇ ਕਹਿਤਾ ਜਦੋਂ ਚਾਹ ਪਾਣੀ ਫੜਾਇਆ ਤੇ ਮੈਂ ਆਖਾਂ ਮਖਾਂ ਮੰਮੀ ਜੇ ਮਖਾਏ ਕਾਹਤੋਂ ਕਰੀ ਜਾਂਦਾ ਨਹੀਂ ਨਹੀਂ ਪੁੱਤ ਕਹਿੰਦੀ ਇਹ ਤਾਂ ਉਹੀ ਮਜ਼ਾਕ ਕਰੀ ਜਾਂਦਾ ਗਾ ਕੁਛ ਨੀ ਉਦੋਂ ਬਾਅਦ ਰੋਟੀ ਰੋਟੀ ਖਾ ਕੇ ਜਦੋਂ ਪਏ ਵੀ ਤੇ ਉਸ ਤੋਂ ਬਾਅਦ ਕੁਛ ਨੀ ਮੰਮੀ ਐਂ ਪੈਗਾ ਜਿਵੇਂ ਜਵਾਕ ਪਏ ਹੁੰਦੇ ਹੈਗੇ ਅੱਛਾ ਤੇ ਜਦ ਮੈਂ ਹੱਥ ਲਾਇਆ ਮੈਨੂੰ ਬੋਲਦਾ ਕਹਿੰਦਾ ਤੂੰ ਤਾਂ ਗੰਦੀਆਂ ਹਰਕਤਾਂ ਕਰ ਰਹੀ ਹੈਗੀ ਅੱਛਾ ਮੰਮੀ ਮੈਂ ਜਿਵੇਂ ਪਈ ਆਂਗੇ ਇਕੱਲੀ ਜਣੀ ਉਵੇਂ ਉੱਠ ਖੜੀ ਅੱਛਾ
ਫਿਰ ਤਾਂ ਮਾੜੀ ਗੱਲ ਹੀ ਹੋਈ। ਮੰਮੀ ਤੁਸੀਂ ਮਾੜਾ ਮੋਟਾ ਮੈਨੂੰ ਕੁਛ ਦੇਖਿਆ ਹੈਗਾ ਮੇਰੇ ਬਾਰੇ, ਕੁਛ ਤਾਂ ਸੋਚ ਲੈਂਦੇ ਲੱਗਦਾ ਹੁਣ ਕੀ ਪਤਾ ਭਾਈ ਹੁਣ। ਮੈਂ ਤਾਂ ਸਵੇਰੇ ਉੱਠ ਕੇ ਮੈਂ ਤਾਂ ਹਜੇ ਤਾਂ ਚਾਹ ਵੀ ਨੀ ਪੀਤੀ, ਮੂੰਹ ਮੈਨੂੰ ਧੋਤਾ, ਮੈਂ ਤਾਂ ਤੈਨੂੰ ਫੋਨ ਲਾ ਲਿਆ ਗਾ। ਮੇਰਾ ਇੱਥੇ ਕੌਣ ਆ ਗੱਲ, ਮੈਂ ਤਾਂ ਜਿਹਨੂੰ ਵਿਆਹ ਹੀ ਆਈ ਆ ਉਹ ਤਾਂ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਗਾ। ਅੱਛਾ ਮਾੜੀ ਗੱਲ ਹੋਈ ਭਾਈ ਫਿਰ। ਮਾੜੀ ਗੱਲ ਨੀ ਮੰਮੀ, ਆ ਕੇ ਨਸ਼ਾ ਨੁਸ਼ਾ ਨਾ ਕਰਿਆ ਹੋਵੇ। ਮੰਮੀ ਨਸ਼ਾ ਕਰਿਆ ਹੁੰਦਾ ਇਸ ਤਰ੍ਹਾਂ ਦੀ ਹਰਕਤ ਥੋੜੇ ਖਾਧਾ ਹੁੰਦਾ ਨਸ਼ੇ ਵਾਲੇ ਬੰਦੇ ਦਾ, ਤੇ ਜਿਹੜਾ ਮੈਂਟਲ ਹੋਵੇ ਉਹਦਾ ਪਤਾ ਨੀ ਲੱਗਦਾ। ਤੇ ਜਦੋਂ ਮੈਂ ਹੱਥ ਫੜ ਲਿਆ ਮੈਂ ਇੱਥੇ ਪਏ ਮੇਰੇ ਕੋਲੇ, ਤੇ ਉੱਠ ਕੇ ਆਪਦੀ ਮੰਮੀ ਕੋਲੇ ਜਾ ਕੇ ਪੈਦਾ, ਮੁੜ ਕਦੀ ਮੰਮੀ ਨੂੰ ਮੈਂ ਕਿਹਾ ਤੇ ਉਹਦੀ ਮੰਮੀ ਵੀ ਪਰਦੇ ਜੇ ਪਾਉਣ ਲੱਗ ਗਈ, ਕੋਈ ਨੀ ਕੋਈ ਨੀ ਪੁੱਤ ਕੋਈ ਨੀ, ਕਹਿੰਦੀ ਇਹ ਸੰਗ ਦਾ ਗਾਏ ਆ ਬਾਊਗਾ, ਤੇ ਜਾ ਕੇ ਆਪਦੀ ਮਾਂ ਕੋਲੇ ਪੈ ਗਿਆ। ਤੇ ਮੰਮੀ ਤੁਸੀਂ ਆ ਕੇ ਜਾਇਓ ਠੀਕ ਆ, ਮੈਂ ਜਾਊਂਗੀ ਤੁਹਾਡੇ ਨਾਲ, ਮੈਂ ਨਹੀਂ ਰਹਿਣਾ ਹੈਗਾ ਇੱਥੇ। ਕੋਈ ਨੀ ਤੁਸੀਂ ਲੈਣ ਆਏ ਬਸ, ਮੈਂ ਤਾਂ ਨਾਲ ਹੀ ਜਾਊਂਗੀ, ਮੈਂ ਨਹੀਂ ਰਹਿੰਦੀ ਕਿ ਅੱਜ ਹੀ ਆ ਜਾਓ ਨਾਲੇ। ਆਊਂਗੀ ਮੈਂ ਕੋਈ ਨੀ। ਚਲੋ ਠੀਕ ਆ, ਚੰਗਾ ਉੱਠ ਵੀ ਨਾ ਖੜੇ ਹੁਣ। ਚੰਗਾ ਪਪਾਲੇ ਉਹ ਤਾਂ ਬਾਈ ਹੈ ਨੀ ਗਾ, ਹੈ ਨੀ ਬਾਈ, ਬਾਰਾਂ ਨੂੰ ਗਿਆ ਹੋਇਆ। ਅੱਛਾ ਹੋਰ ਭਾਈ ਠੀਕ ਆ? ਵਧੀਆ ਬਾਈ। ਹੋਰ ਭਾਈ ਜਸ ਠੀਕ ਰਿਹਾ ਹਨਾ? ਠੀਕ ਤਾਂ ਕਾਹਦਾ ਬਾਈ, ਰਾਤ ਹਰਕਤਾਂ ਜਿਹਾ ਕਰੀ ਗਿਆ ਉਹ ਬਸ। ਦਵਾਈ ਦਵੂਈ ਦੇ ਕੇ ਲਗੇ ਸੀ ਉਹਨੂੰ? ਦਵਾਈ ਤਾਂ ਦਿੱਤੀ ਸੀ, ਫੇਰ ਵੀ ਮੈਨੂੰ ਬੋਲ ਮਾਰਿਆ, ਕਹਿੰਦਾ ਮੰਮੀ ਮੈਨੂੰ ਆਇਆ ਆਇਆ, ਮੈਂ ਤਾਂ ਇੱਥੇ ਪੈਂਦਾ ਨੀ, ਆਏ ਨੀ ਕਰਦਾ, ਬਾਹ ਨੀ ਕਰਦਾ। ਅੱਛਾ ਬੋਲੀ ਤਾਂ ਗਿਆ, ਮੈਨੂੰ ਤਾਂ ਲੱਗਦਾ ਉਹਨਾਂ ਨੂੰ ਪਤਾ ਜਾ ਤਾਂ ਲੱਗ ਗਿਆ ਕੁਛ ਨਾ ਕੁਛ। ਅੱਛਾ ਹੁਣ ਦੇਖੋ ਕੀ ਬਣਦਾ ਗਾ, ਔਰ ਔਖਾ ਹੀ ਹੋ ਗਿਆ। ਔਖਾ ਹੋ ਗਿਆ ਔਰ ਇਹ ਲੁਕੀ ਗੱਲ ਤਾਂ ਰਹਿੰਦੀ ਨੀ ਹੁੰਦੀ ਭਾਈ, ਇਹਨੂੰ ਤੁਸੀਂ ਦੱਸਣਾ ਸੀ ਪਹਿਲਾਂ ਹੀ। ਹੋਰ ਥੋੜੀ ਜਿਹੀ ਸਾਥੋਂ ਵੀ ਗਲਤੀ, ਹੋਰ ਲੁਕੀ ਗੱਲ ਨਹੀਂ ਰਹਿੰਦੀ ਹੁੰਦੀ ਇਹ। ਹੋਰ ਆਪਾਂ ਉਹਦੀ ਉਹ ਖੋਲ ਲਾਂਦੇ ਸਾਰੀ ਗੱਲ ਬਾਤ, ਦੱਸ ਦਾਂਗੇ ਖੋਲਣੀ ਸੀ ਗੱਲ ਇਹ ਸਾਰੀ, ਪਤਾ ਲੱਗ ਜਾਂਦਾ, ਪਤਾ ਲੱਗ ਜਾਂਦਾ ਉਹ। ਚਲ ਦੇਖਦੇ ਆ, ਦੇਖੋ ਫੇਰ। ਚਲੋ ਪਤਾ ਲੱਗਣਾ ਹੈ ਕਿਹੜਾ ਦਾ, ਏਡਾ ਵੱਡਾ ਧੋਖਾ ਕੀਤਾ ਸਾਡੇ ਨਾਲ। ਮੈਂ ਤਾਂ ਕਿਹਾ ਕਿਤੇ ਉਹੀ ਸੰਗਦਾ ਗਾ, ਰਾਤ ਐ ਕਰੀ ਜਾਂਦਾ, ਤੇ ਆਹ ਤਾਇਆ ਜੀ ਕੀ ਗੱਲਾਂ ਕਰੀ ਜਾਂਦਾ ਗਾ, ਆਖੇ ਗੱਲਾਂ ਲੁਕੀਆਂ ਰਹਿੰਦੀਆਂ ਨੀ ਹੁੰਦੀਆਂ। ਏਡਾ ਧੋਖਾ ਕੀਤਾ ਮੇਰੇ ਨਾਲ, ਦੇਖ ਲੈ। ਤੁਸੀਂ ਐ ਕਰੋ ਹੁਣ ਕੁੜੀ ਨੂੰ ਬਰਿਆ ਕੇ ਦੇਖੋ, ਔਰ ਬਰਿਆ ਲਓ ਕੁੜੀ ਨੂੰ, ਔਰ ਐ ਤਾਂ ਦੇਖਦੇ ਆ ਵਧੀਆ ਕੁੜੀ ਨੂੰ ਆ ਗਿਆ ਫਿਰ ਕਰ ਲਓ। ਔਰ ਚਲੋ ਦੇਖੀ ਜਾਊ ਭਾਈ, ਦਵਾਈ ਦਵੂਈ ਤਾਂ ਦਵਾਈ ਜਾਂਦੀ, ਦਵਾਈ ਦਵਾਈ ਜਾਓ ਨਾ, ਉਹਨੂੰ ਕੁੜੀ ਨੂੰ ਆ ਗਿਆ ਫਿਰ ਕਰ ਲਓ ਨਾ। ਮੈਂ ਤਾਂ ਉਹਨੂੰ ਧੀ ਬਣਾ ਕੇ ਰੱਖਦੀ ਆ, ਉਹਦੇ ਚ ਮੋਹ ਪੈ ਜੂਗਾ ਕੁੜੀ ਦਾ। ਚੰਗਾ ਜੀ ਮੈਂ ਤਾਂ ਫਿਰ ਚੱਲਦਾ, ਚਾਹ ਪੀ ਜਾਣਾ ਭਾਈ, ਚਾਹ ਬਸ। ਮੰਮੀ ਕੀ ਕਰੀ ਜਾਂਦੇ ਹੋ, ਮੈਂ ਕਰ ਦਿੰਦੀ ਹਾਂ। ਚਾਹ ਲਿਆਉਂਦੀ ਸੀ ਪੁੱਤ ਮੈਂ ਤੁਹਾਨੂੰ ਚਾਹ। ਅੱਛਾ ਤੇ ਉਹ ਦੱਸ ਕਿੱਧਰ ਗਏ? ਇੱਧਰ ਹੀ ਵਗ ਗਿਆ ਹੋਊਗਾ, ਇੱਥੇ ਹੈ ਨਹੀਂ। ਕਿਵੇਂ ਜੀ? ਮੈਨੂੰ ਤਾਂ ਹੁਣੇ ਕਹਿੰਦਾ ਸੀ, ਕਹਿੰਦਾ ਮੈਂ ਖੇਡ ਕੇ ਆਉਣਾਗਾ। ਅੱਛਾ ਪਰ ਮੈਂ ਇੱਧਰ ਵਗ ਗਿਆ, ਮੈਨੂੰ ਤਾਂ ਕਹਿੰਦਾ ਸੀ ਮੈਂ ਆਉਣਾ, ਮੈਨੂੰ ਤਾਂ ਹੀ ਕਹਿ ਗਿਆ। ਨਹੀਂ ਮੈਨੂੰ ਰੂਮ ਚ ਕਹਿ ਕੇ ਗਿਆ, ਮੈਂ ਕਿਹਾ ਉਰੇ ਬਹਿ ਜਾ, ਤੇ ਮੈਨੂੰ ਕਹਿੰਦਾ ਕਿ ਮੈਂ ਖੇਡਣ ਜਾਣਾਗਾ। ਮੰਮੀ ਸੱਚੋ ਸੱਚ ਦੱਸ ਕੀ ਗੱਲ ਹੈਗੀ, ਐ ਜੇ ਹਰਕਤਾਂ ਕਾਹਤੋਂ ਕਰਦਾ ਗਾ, ਲੁਕਾਉ ਨਾ ਰੱਖ ਦੇ, ਤੂੰ ਮੇਰੀ ਮਾਵਾਂ ਵਰਗੀ ਹੈਗੀ, ਮੇਰੀ ਮਾਂ ਹੀ ਅੱਜ ਤੁਹਾਡੇ ਕੋਲ। ਨਹੀਂ ਬੁੱਤ ਤੈਨੂੰ ਹੀ ਲੱਗਿਆ। ਨਹੀਂ ਮੰਮਾ ਕੋਈ ਗੱਲ ਤਾਂ ਹੈਗਾ, ਰਾਤ ਕਿੰਨੀਆਂ ਹਰਕਤਾਂ ਜੀ ਕਿਵੇਂ ਕਰ ਰਿਹਾ ਸੀ, ਮੈਂ ਤਾਂ ਨਾ ਇੱਥੇ ਆਇਆ ਹੱਥ ਟੱਚ ਤੱਕ ਵੀ ਨੀ ਕਰਵਾਇਆ ਉਹਨੇ, ਤੇ ਉਹਦੇ ਤੈਨੂੰ ਆਵਾਜ਼ ਮਾਰਨ ਲੱਗ ਗਿਆ, ਤੇਰੇ ਕੋਲੇ ਜਾ ਕੇ ਪੈ ਗਿਆ। ਮੰਮੀ ਇਸ ਤਰ੍ਹਾਂ ਤਾਂ ਨੀ ਹੁੰਦਾ। ਨਹੀਂ ਨਹੀਂ ਕੋਈ ਗੱਲ ਨੀ, ਇਹੀ ਜੀ ਤਾਂ ਮੈਂ ਤੈਨੂੰ ਉਦੀ ਦੱਸਦਾ ਨੀ, ਉਹਦਾ ਤਾਂ ਇੰਨਾ ਮਜ਼ਾਕ ਕਰਦਾ ਹੋਊਗਾ। ਮੰਮੀ ਮਜ਼ਾਕ ਚ ਦੇਖ, ਪਤਾ ਤਾਂ ਅੱਜ ਨੀ ਤਾਂ ਕੱਲ ਨੂੰ ਲੱਗ ਜਾਣਾਗਾ, ਠੀਕ ਆ ਨਾ? ਜੇ ਤੁਸੀਂ ਆਪਦੇ ਮੂੰਹੋਂ ਦੱਸ ਦੋਗੇ ਵੀ ਕੀ ਗੱਲ ਹੈ ਕੀ ਨਾ, ਤਾਂ
ਚੱਲ ਇੰਨਾ ਕ ਮੇਰੇ ਮਨ ਨੂੰ ਤਾਂ ਤਸੱਲੀ ਮਿਲੂਗੀ ਵੀ ਮੈਨੂੰ ਝੂਠ ਨੀ ਬੋਲਿਆ ਕਿਸੇ ਨੇ ਵੀ ਕੁਛ ਵੀ। ਨਾ ਨਾ ਇਹ ਜੀ ਤਾਂ ਕੋਈ ਗੱਲ ਨਹੀਂ ਹੈਗੀ, ਬਸ ਉਹਦੇ ਮੂੰਹੋਂ ਕੁਛ ਨੀ ਨਿਕਲਦਾ, ਉਹਦੇ ਮੂੰਹੋਂ ਐਸਾ ਹੈਗਾ ਤੂੰ ਮੇਰੀ ਬਹੂ ਆਗੀ, ਮੈਂ ਤਾਂ ਖੇਡਣ ਜਾਂਦਾ ਨੀ, ਮੇਰੇ ਨਾਲ ਖੇਡ ਦੂ ਨੀ, ਮੈਂ ਬਾਹਰ ਜਾਂਦਾ, ਹੋਰ ਕੁਛ ਨੀ ਕਹਿੰਦਾ, ਚੌੜ ਕਰਦਾ ਉਹ ਤੇਰੇ ਨਾਲ, ਇਹੀ ਜੀ ਤਾਂ ਕੋਈ ਗੱਲ ਹੀ ਨੀ ਹੈਗੀ। ਦੇਖ ਲਓ ਮੈਂ ਤਾਂ ਦੱਸ ਹੀ ਦਿੰਦਾ ਨੀ, ਉਹਦੀ ਦੱਸਦਾ ਨੀ। ਚਲੋ ਕੋਈ ਨੀ ਨਾ, ਮੈਂ ਤਾਂ ਚਾਹ ਆਪਦੀ ਲੈ ਜਾਂਦੀ, ਕੋਈ ਚੱਕਰ ਨੀ, ਤਾਂ ਹੈ ਨੀ ਕਹੂੰਗਾ, ਲੈ ਲੈ ਜਾ, ਹੋਰ ਸੁਣਾਵਾਂ ਠੀਕ ਹੈ? ਠੀਕ ਹੈ ਵਧੀਆ, ਤੂੰ ਸੁਣਾ? ਬਸ ਤੈਨੂੰ ਦੱਸਿਆ ਹੀ ਸੀਗਾ ਵਾ। ਅੱਛਾ, ਉਹੀ ਕਹਿੰਦਾ ਮੰਮੀ ਅੱਜ ਮੈਂ ਮੰਮੀ ਨੂੰ ਪੁੱਛਿਆ ਸੀ, ਮੈਂ ਆਖਿਆ ਮੰਮੀ ਆਏ ਕਰਕੇ ਆਏ ਕਾ, ਤਾਂ ਮੈਂ ਕਿਹਾ ਜਸ ਕਰਦਾ ਗਾ, ਮੈਂ ਕਿਹਾ ਦੇਖੀ ਮੈਨੂੰ ਕਹਿੰਦਾ ਮੈਂ ਖੇਡ ਕੇ ਆਉਣਾ, ਕਹਿੰਦੇ ਨਾ ਇਹ ਚੀਜ਼ ਤਾਂ ਕੋਈ ਗੱਲ ਨੀ ਹੈਗੀ, ਮੈਨੂੰ ਕੋਈ ਗੱਲ ਨੀ ਦੱਸੀ ਹੈਗੀ, ਮਾੜੀ ਗੱਲ ਹੋਈ ਗਈ ਬੜੀ, ਫਿਰ ਮੈਂ ਮੰਮੀ ਨੂੰ ਆਵਾਜ਼ ਮਾਰ ਕੇ ਲਿਆਉਣੀ ਹੈਗੀ, ਕਿਹਨੇ ਪੁੱਛਿਆ ਕਰੋ, ਇਹ ਗੱਲ ਚੰਗੀ ਗੱਲ ਤੇਰੀ, ਚਾਹ ਪਾਣੀ ਬਣਾਉਣੀ ਆ, ਆ ਗਈ ਮੰਮੀ ਵੀ, ਹਾਂ ਠੀਕ ਹੈ ਵਧੀਆ, ਹੋਰ ਠੀਕ ਆ? ਭਾਈ ਮੈਂ ਪਾਣੀ ਲਿਆਉਣੀ ਉਹਨੇ ਤੇਰੇ ਵਾਸਤੇ, ਲੈ ਹੁਣੀ ਆਈ ਆ, ਹਾਂ ਹੁਣੀ ਤੁਰੀ ਆਈ ਆ, ਹੋਰ ਕਿਵੇਂ? ਠੀਕ ਆ ਵਧੀਆ, ਠੀਕ ਆ, ਹੋਰ ਠੀਕ ਆ, ਵਧੀਆ, ਦੱਸ ਕਿਵੇਂ? ਠੀਕ ਆ ਹੁਣ ਤਾਂ। ਅੱਛਾ, ਇਹ ਸੋਨੀ ਤਾਂ ਕਹਿੰਦੀ ਹੋਰ ਹੈਗਾ, ਫਿਰ ਹੋਰ ਹੀ ਗੱਲਾਂ ਕਰਦਾ ਹੈਗਾ, ਨਾ ਨਾ ਬਹੁਤ ਵਰਤਾ, ਠੀਕ ਆ। ਅੱਛਾ, ਥੋੜਾ ਜਿਹਾ ਬਹਿਮ ਕਰਦੀ ਆ ਸੋਨੀ, ਬਹਿਮ ਤਾਂ ਕਾਹਨੂੰ ਕਰਦੇ, ਕਹਿੰਦੀ ਜਵਾਕਾਂ ਜਾਣ ਗੱਲਾਂ ਕਰਦਾ, ਕਹਿੰਦੀ ਚੌੜ ਚੌੜ ਚ ਕਰਦਾ ਬਸ, ਉਹ ਇਹਨੂੰ ਬਹਿਮ ਹੋ ਰਿਹਾ। ਮੰਮੀ ਮੈਂ ਸਾਰਾ ਕੁਛ ਨਾ ਆਪਦੇ ਕੰਨੀ ਸੁਣਿਆ ਗਾ ਮੰਮੀ, ਠੀਕ ਆ, ਮੈਂ ਝੂਠ ਨੀ ਬੋਲ ਰਹੀ ਗੀ, ਮੈਂਟਲੀ ਹੈਗਾ, ਮੈਂਟਲ ਤੌਰ ਤੇ ਇਹ ਕੁਛ ਕਰ ਰਿਹਾ ਗਾ, ਕੋਈ ਉਹਦੀਆਂ ਹਾਸੀ ਮਜ਼ਾਕ ਵਾਲੀਆਂ ਖੇਡਾਂ ਨੀ ਹੈਗੀਆਂ, ਇਹ ਮੈਂ ਆਪ ਸੁਣਿਆ ਗਾ, ਆਪ ਸੁਣਿਆ ਹੈ ਕਿਨੇ ਸੋਨੀ, ਕੋਈ ਨਾ ਭਲੇ ਸਾਥੋਂ ਗਲਤੀ ਹੋ, ਗਲਤੀ ਨਹੀਂ, ਏਡਾ ਧੋਖਾ ਤਾਂ ਕੋਈ ਵੀ ਨਹੀਂ ਕਰਦਾ, ਮਾੜੀ ਮੋਟੀ ਗੱਲ ਨੂੰ ਦੱਸ ਦੇ, ਮਾੜੀ ਮੋਟੀ ਗੱਲ ਵੀ ਆ ਗੱਲ, ਅਸੀਂ ਦਵਾਈ ਦਵਾ ਦਾਂਗੇ ਠੀਕ ਹੋ ਜੂਗਾ, ਠੀਕ ਹੋ ਜੂਗਾ ਤਾਂ ਹੁਣ ਤੀਕਰ ਨਹੀਂ ਹੋਇਆ ਉਹ, ਅਸੀਂ ਤੈਨੂੰ ਧੀ ਬਣਾ ਕੇ ਰੱਖਾਂਗੇ, ਭੋਸੇ ਨੂੰ ਕਿਸੇ ਚੰਗਾ ਮਾੜਾ ਕਦੇ ਬੋਲਿਆ, ਧੀ ਕਹਿਣੀ ਆ ਮੈਂ ਤਾਂ, ਕਿਹਦੇ ਚਾਰ ਦਿਨ ਕੱਟਣੇ ਬਈ, ਫਿਰ ਕਦੋਂ ਉਹੀ ਨਹੀਂ ਹੋਵੇਗਾ, ਕੋਈ ਨਾ ਠੀਕ ਹੋ ਜੂ ਦਵਾਈ ਦਵਾ, ਹਰ ਦਮ ਇਹਨੇ ਫੋਨ ਕਰਿਆ ਕਿ ਸੋਨੀ ਦਾ ਇੰਨਾ ਚਿੱਤੇ ਬੜਾ ਹੋਇਆ, ਤਾਂ ਧੀ ਦਾ ਮਹਾਂਪੂ ਠੱਗੀ ਹੋ ਗਈ ਆਪਣੇ ਦਾ, ਚਿੱਤ ਤਾਂ ਹੁਣ ਭੈੜਾ ਹੋਣੀ ਆ, ਸਾਡਾ ਕਿਹੜਾ ਹੋਇਆ ਨੀ ਹੈਗਾ, ਹੋਰ ਕੀ ਚਾਹ ਕਰਕੇ ਲਿਆਉਣੀ ਹੈ, ਤੁਸੀਂ ਗੱਲਾਂ ਕਰ ਲਓ, ਕੋਈ ਨੀ ਗੱਲ ਟਾਲਦੀ ਨਾ, ਮਾਂ ਚੱਲ ਤੂੰ ਆਏ ਦੇਖ, ਸਾਲਸੀ ਮਹੀਨੇ ਦਾ ਦੇਖ, ਮਾਂ ਸਾਲਸੀ ਮਹੀਨੇ ਦਾ ਕੀ ਦੇ ਮੂੰਹ ਕੰਨੀ ਦੇਖਾਂ, ਅਗਲਾ ਕਹਿੰਦਾ ਕੱਲਾ ਹੀ ਸੀ ਰਾਜੀ ਤੋਂ ਜੂ ਬਾਤ ਹੈ, ਇਹਨਾਂ ਨੇ ਬੇਇੱਜ਼ਤੀ ਆਪਣੀ ਮਹੀਨਾਂ ਦੀ, ਤੁਸੀਂ ਤਾਂ ਹਾਂ ਕਹਿ ਕੇ ਸਾਰਤਾ, ਉਹਨੇ ਕਹਿਤਾ ਵੀ ਧੀ ਬਣਾ ਕੇ ਰੱਖੂ, ਧੀ ਤਾਂ ਮੈਂ ਤੇਰੇ ਕੋਲੇ ਵੀ ਹੈਗੀ ਸੀ, ਇੱਥੇ ਮੈਂ ਨੂੰਹ ਬਣ ਕੇ ਆਈ ਆਂਗੀ, ਧੀ ਬਣ ਕੇ ਨਹੀਂ ਰਹਿਣਾ ਚਾਹੁੰਦੀ ਮੈਂ, ਹੈਗੀ ਫਿਰ ਦੇਖ ਲਾ ਪਤਾ ਸਾਲਸੀ ਮਹੀਨੇ ਦਾ, ਸਾਲਸੀ ਮਹੀਨੇ ਕਿਹਦੇ ਮੂੰਹ ਕੰਨੀ ਦੇਖੂ, ਜਾਇਦਾਦ ਫੇਰੀ ਆ, ਘਰ ਬਾਰ ਵਧੀਆ ਦੇਖ ਨਾ, ਬਸ ਉਹੀ ਗੱਲ ਹੈ, ਤੁਸੀਂ ਤਾਂ ਕੱਲੀ ਜਾਇਦਾਦ ਦੇਖ ਲਈ, ਹੋਰ ਬੜਾ ਬੁੜੀ ਤਾਂ ਵਧੀਆ ਰਹਿੰਦੇ ਨੇ ਤੇਰਾ, ਮੰਮੀ ਇਹਨਾਂ ਦੀ ਤਾਂ ਕੋਈ ਦਿੱਕਤ ਹੀ ਨਹੀਂ ਹੈਗੀ, ਇਹ ਤਾਂ ਬਹੁਤ ਵਧੀਆ ਨੇ, ਚੱਲ ਤੂੰ 2-4 ਮਹੀਨੇ ਦੇਖ, ਕੋਈ ਆਪਾਂ ਕਰਦੇ ਹਾਂ ਗੱਲ, ਫਿਰ ਕੀ ਤਾਂ ਦਵਾਈ ਨਾਲ ਠੀਕ ਹੀ ਹੋ ਜਾ ਕਰਮਾ ਦਾ, ਕਹਿੰਦਾ ਲਿਖੇ ਜੇ ਕਰਮਾ ਜੋ ਗਿਆ ਵੀ ਹੁਣ ਕੀ ਤੁਸੀਂ ਸਾਰੇ, ਮੈਂ ਜਰ ਲੈਂਦੀ,
ਜੇ ਨਾ ਬੋਲਦੇ ਜਾਂ ਕਿਵੇਂ ਵੀ ਕੋਈ ਵੀ ਗੱਲਬਾਤ ਹੁੰਦੀ, ਜਿਹਨੂੰ ਵਿਆਹੀ ਆਈਆਂ ਜਦੋਂ ਉਹੀ ਨੀ ਮੇਰੇ ਵੱਲ ਦਾ ਹੈਗਾ ਤੇ ਉਹੀ ਨੀ ਕੋਈ ਗੱਲ ਨੀ ਸੁਣਦਾ। ਚੱਲ ਜੇ ਊ ਨਾ ਸੁਣਦਾ ਹੋਵੇ ਉਹ ਗੱਲ ਵੱਖਰੀ ਹੈਗੀ, ਜਿਹੜਾ ਦਿਮਾਗ ਤੋਂ ਮੈਂਟਲੀ ਤੌਰ ਤੇ ਮੰਮੀ ਉਹ ਮੈਨੂੰ ਕੀ ਸੁੱਖ ਦੇ ਦੂਗਾ ਉਹਦੇ ਘਰ ਵਾਲੀ ਦਾ? ਚੱਲ ਕੋਈ ਦੇ ਦੂਗਾ ਸੁੱਖ? ਦੇਖਦੇ ਆ ਨਾ, ਕਰਮਾ ਲਿਖਿਆ ਕਿਹੜਾ ਫਿਰ ਭੋਗਣਾ ਪਊਗਾ। ਕੀ ਠੀਕ ਹੈ ਇਧਰ ਕਰਮਾ ਦਾ? ਜਦੋਂ ਪਹਿਲਾਂ ਨੀ ਠੀਕ ਹੋ ਸਕਦਾ ਹੁਣ ਵਿਆਹ ਤੋਂ ਬਾਅਦ ਕੀ ਠੀਕ ਹੋਊਗਾ? ਜੋ ਲੇਟ ਕੀ ਮਰੀ ਹੈ ਦੱਸੇ ਨੀ ਉਹਨੂੰ ਤਾਂ ਕੁਛ ਵੀ, ਵਿਆਹ ਗੱਲਾਂ ਆਇਆ ਬਈ ਨਾ ਕੋਈ ਇਹਨਾਂ ਨੇ ਭੇਜ ਦਿੱਤਾ ਦੇਖ ਲਾ। ਇਹਨਾਂ ਨੇ ਕੀ ਦੱਸਣਾ, ਇਹਨਾਂ ਦਾ ਮੁੰਡਾ ਵਿਆਹ ਵਿਆਹ ਲਿਆ, ਉਹੀ ਗੱਲਾਂ ਨੇ। ਇਹਨਾਂ ਦਾ ਮੁੰਡਾ ਵਿਆਹ ਹੈ ਗਿਆ, ਨੂੰ ਆ ਗਈ ਘਰੇ, ਅਜੇ ਤਾਂ ਨੀ ਦੇਖਿਆ ਸਾਡੀ ਸ਼ੋਨੇ ਵਰਗੀ ਕੁੜੀ ਟੋਕਤੀ, ਇਹਨਾਂ ਨੂੰ ਕੀ ਲੋੜ ਪੈਂਦੀ ਹੈਗੀ? ਸੁਣੀ ਕੀ ਆ? ਓਏ ਆ ਜਾਣਾ ਯਾਰ ਬਾਰਾ, ਇੱਕ ਮਿੰਟ ਰੁਕ, ਤੈਨੂੰ ਮੈਂ ਦੇਣੀ। ਕੀ ਹੋਇਆ? ਆ ਜਾ ਬਾਹਰ, ਅੰਦਰ ਕੀ ਕਰਦੀ ਆ? ਨਹਾਉਣ ਲੱਗਦੇ ਆ, ਹਜੇ ਤਾਂ ਮੈਂ ਪਾਣੀ ਵੀ ਨਹੀਂ ਪਾਇਆ ਬਾਲਟੀ ਚ। ਫੇਰ ਨਹਾਲੀ ਤੂੰ, ਆ ਜਾ। ਆਈ ਨਾ, ਮੇਰਾ ਜੀਣਾ ਦੁੱਬਰ ਕਰ ਰੱਖਿਆਗਾ, ਕੀ ਹੋਇਆਗਾ ਤੈਨੂੰ? ਕਿੱਥੇ ਮੈਨੂੰ ਪਤਾ ਆ? ਮੈਨੂੰ ਨਾ ਤਾਂ ਲੈਣ ਦੇ। ਮੈਂ ਨਹੀਂ, ਮੈਂ ਚਾਹ ਪੀਣੀ ਆ। ਮੈਨੂੰ ਨਾ ਤਾਂ ਲੈਣ ਦੇ। ਫੇਰ ਨਹਾਲੀ ਆ ਰੰਗ ਤੋਂ ਕਰਦੀ ਆ। ਮੇਰੀ ਕਿਸਮਤ ਮਾੜੀ, ਕਿੱਥੋਂ ਮੇਰੇ ਪੱਲੇ ਪਿਆ ਗਾ, ਕੀ ਕਰਦੀ ਹੈ? ਨਾ ਲੜਨ ਦੇ ਮੈਨੂੰ, ਉੱਥੇ ਬਹਿ ਜਾ ਕੇ, ਆਉਣੀ ਆ ਮੈਂ। ਚਾਹ ਦੇ, ਚਾਹ ਉੱਥੇ ਰਸੋਈ ਚ ਪਾ ਕੇ ਪੀ ਲੈ, ਪਾ ਕੇ ਦੇ ਦੇ। ਆ ਜਾ, ਪਹਿਲਾਂ ਤਾਂ ਤੇਰੇ ਸਿਆਪਾ ਕਰ ਦਿਆਂ, ਮੈਂ ਤਾਂ ਫੇਰ ਨਾ ਲੂੰ ਦੋ ਮਿੰਟ, ਲੇਟ ਹੋ ਜੂ, ਕੁਛ ਨੀ ਹੁੰਦਾ। ਨਹੀਂ ਦੁਖੀ ਕਰੀ ਜਾਓ ਸਾਰਾ ਦਿਨ ਮੈਨੂੰ, ਠੰਡੀ ਫੁੱਕਾ ਮਾਰ ਕੇ ਆ ਲੈ ਮੇਰਾ। ਠੀਕ ਵਧੀਆ ਜਾਵਾਂ, ਹੋਰ ਠੀਕ ਹੈ? ਵਧੀਆ ਵਧੀਆ ਜਾਵਾਂ। ਕੀ ਬਣਨਾ? ਬਣਦਾ ਬਸ, ਕੀ ਇੱਥੇ ਆਏ ਸੀ ਬਸ, ਅੱਜ ਇੱਧਰ ਗੇੜਾ ਕੱਢ ਗਏ ਤੇਰੇ। ਚੱਲ ਗੇੜਾ ਮਾਰ ਗਿਆ, ਵਧੀਆ ਹੋ ਗਿਆ। ਹਾਂ ਹੋਰ ਵਧੀਆ। ਕਿੰਨੇ ਕਣਕ ਪੱਲਾ? ਕਣਕ ਕੱਢਤੀ ਪੂਰੀ, ਢੋਣ ਵਾਲੀ ਪਈ ਹੈ। ਅੱਛਾ, ਵੱਟ ਹੋ ਰਿਹਾ ਹੈ ਅੱਜ। ਠੀਕ ਹੈ ਵਧੀਆ। ਡੈਡੀ ਤੁਸੀਂ ਇੱਥੇ ਖੜੇ ਹੋ? ਹਾਂ, ਅੰਦਰ ਸਾਰੇ ਭਾਲੇ ਤੁਹਾਨੂੰ। ਕਿਵੇਂ ਠੀਕ ਆ? ਮੋਟਾ ਕੁਝ ਸਮਝਾ ਦਿਆ ਕਰੋ ਜਸ ਨੂੰ। ਚੱਲ ਕੋਈ, ਦਿਮਾਗ ਖਰਾਬ ਕਰ ਰੱਖਿਆ ਗਾ ਉਹਨੇ ਤਾਂ। ਉਹ ਫਿਰ ਨਿਆਣਾ ਕੋਈ ਨਾ, ਤੁਸੀਂ ਤਾਂ ਸਿਆਣੀ ਬਣੀ ਆ। ਸਿਆਣੀ ਨੂੰ ਕੀ ਕਰੋਗੇ ਡੈਡੀ? ਮੈਂ ਤੁਹਾਨੂੰ ਦੱਸਦੇ ਗੱਲ, ਠੀਕ ਹੈ ਨਾ? ਮੈਂ ਤਾਂ ਮੇਰੇ ਭਰਾ ਨੂੰ ਫੋਨ ਕਰਦੀ ਆ ਤੇ ਮੈਂ ਤਾਂ ਜਾਊਂਗੀ ਮੈਂ ਦਿੰਦੀ ਹੈਗੀ ਇੱਥੇ। ਭਰਾ ਨੂੰ ਮੈਂ ਵੀ ਤਕਲੀਫ ਦੇਣੀ ਆਗੀ? ਜਦੋਂ ਮੈਨੂੰ ਮੈਂ ਤਕਲੀਫ ਚਾਹੀਂਗੀ, ਇੱਕ ਮਿੰਟ ਨੀ ਮੈਨੂੰ ਜਿਉਣ ਦਿੰਦਾ ਹੈਗਾ, ਪਾਣੀ ਤੱਕ ਨੀ ਬਹਿ ਕੇ ਮੈਨੂੰ। ਮੈਂ ਸਮਝਾ ਦੂੰ ਉਹਨੂੰ? ਜਾਂ ਤਾਂ ਉਹਨੂੰ ਸਮਝਾਓ ਬੈਠਾਗਾ ਨਿਆਣਾਗਾ, ਫਿਰ ਉਹ ਫਿਰ ਕੀ ਗੱਲ? ਸਵੇਰ ਦਾ ਮੈਨੂੰ ਕੋਈ ਕੰਮ ਵੀ ਨੀ ਕਰਨ ਦਿੱਤਾ ਹੈਗਾ, ਮੈਂ ਨਹਾਉਣ ਵਾਲੇ ਚ ਬੜੀ, ਨਹਾਉਣ ਵਾਲੇ ਚ ਵੀ ਖਿੱਚ ਕੇ ਲੈ ਜਾ, ਆ ਜਾ ਕਹਿੰਦਾ ਪਹਿਲਾਂ ਮੈਨੂੰ ਚਾਹ। ਜਮਾ ਨਿਆਣਾ ਉਹਦੇ ਨੂੰ ਮੈਂ ਕੁੱਟ ਦਿਆਂ, ਫਿਰ ਮੈਂ ਕੀ ਕਰਾਂ? ਮੈਨੂੰ ਕਿ ਦੁਖੀ ਕਰਿਆਗਾ? ਕੋਈ ਗੱਲ ਨੀ, ਉਹ ਨਿਆਣਾਗਾ ਮੈਂ ਆਪੇ ਸਮਝਾ ਦੂੰ। ਤੂੰ ਤਾਂ ਡੈਡੀ ਮੈਨੂੰ ਨੀ ਪਤਾ, ਮੈਂ ਤਾਂ ਜਾਊਂਗੀ, ਠੀਕ ਹੈ ਨਾ? ਮੈਂ ਇੱਥੋਂ ਨਹੀਂ ਰਿਹਾ ਜਾਂਦਾ। ਸਮਝਾਵਾਂਗੇ ਬੇਟਾ, ਸਮਝਾਵਾਂਗੇ। ਨਹੀਂ ਤਾਂ ਇਹ ਤੁਹਾਨੂੰ ਨੀ ਪਤਾ ਹੈਗਾ, ਉਹ ਜਾਇ ਤੂੰ ਕਰਦਾ ਮੈਂ ਕੱਟ ਦਿੰਗਾ ਨਾ, ਮੈਨੂੰ ਪਤਾ ਹੈਗਾ। ਉਹ ਜੀ ਆਪੇ ਸਮਝਾ ਦਾ, ਸਮਝਾ ਲੈ ਕੋਈ ਨਾ, ਤੂੰ ਇੰਨੀ ਟੈਨਸ਼ਨ ਨਾ ਲੈ, ਮੈਂ ਆਪੇ ਸਮਝਾ ਦੂੰ ਨਿਆਣਾਗਾ। ਫਿਰ ਉਹ ਕੀ ਹੁੰਦਾ ਕਰਦਾ? ਤੂੰ ਘਰ ਕੱਢ ਲਾ, ਮੈਂ ਵੀ ਜਸ ਕੇ ਜਾ ਕੇ ਆਉਂਦਾ ਸੀ। ਜਾਇਆ ਜਾਇਆ ਤੂੰ ਜਦੋਂ ਦਾ ਚੰਡੀਗੜ੍ਹ ਗਿਆ ਮੁੜ ਕੇ, ਬਹੁਤ ਯਾਦ ਕਰੀ ਜਾਂਦਾ ਜਾਇਆ ਉਹਦੇ ਕੋਲ।
ਅੱਛਾ ਮੈਂ ਥੋੜਾ ਬਿਮਾਰ ਬੂਰ ਹੋ ਰਿਹਾ ਬੋਟੇ ਲਾ ਹੋ ਰਿਹਾ ਲੜਾਈ ਲੜੂਈ ਜੀ ਹੋ ਰਹੀ ਆ ਕਿ ਥੋੜੀ ਘਰੇ ਅੱਛਾ ਕਿ ਜਾ ਆ ਚੱਲ ਤੂੰ ਮੈਂ ਇਹਨੇ ਧਾਰਾਂ ਕੱਢਦਾ ਕੱਢ ਲਾ ਧਾਰਾਂ ਤੂੰ ਮੇਰੇ ਮੈਨੇ ਜਾ ਕੇ ਆਉਣਾ ਹੋਰ ਕਿਵੇਂ ਅੰਕਲ ਠੀਕ ਆ ਜੀ ਹੋਰ ਠੀਕ ਆ ਵਧੀਆ ਵਧੀਆ ਹੋਰ ਠੀਕ ਆ ਹੋਰ ਆਂਟੀ ਹੋਰੀ ਕਿੱਧਰ ਗਏ ਇੱਥੇ ਹੋ ਇੱਥੇ ਹੋ ਨਾ ਜਾ ਸਕਦੀ ਨਾ ਕਿਤੇ ਉਹ ਇੱਥੇ ਬਾਹਰ ਬੂਰ ਨੂੰ ਵਗ ਗਿਆ ਹੋਊਗਾ ਇੱਥੇ ਫਿਰ ਦੱਸ ਗਿਆ ਹੁਣ ਆਂਟੀ ਦਾ ਸਤਿ ਸ਼੍ਰੀ ਅਕਾਲ ਆਂਟੀ ਸਤਿ ਸ਼੍ਰੀ ਅਕਾਲ ਠੀਕ ਆ ਬੇਟਾ ਹਾਂ ਠੀਕ ਆ ਤੂੰ ਕਿੱਥੇ ਵਗ ਗਿਆ ਸੀ ਮੈਂ ਤਾਂ ਚੰਡੀਗੜ੍ਹ ਗਿਆ ਸੀ ਕੱਲ ਹੀ ਆਇਆ ਸੀ ਅੱਛਾ ਫਿਰ ਮੈਂ ਕਿਹਾ ਚੱਲ ਮੈਂ ਜਾ ਆਵਾਂ ਮੈਂ ਕਿਹਾ ਚੱਲ ਵਧੀਆ ਹੋ ਗਿਆ ਤੂੰ ਤਾਂ ਨਹੀਂ ਫੋਨ ਫਾਨ ਕਰਿਆ ਕਦੇ ਕੋਈ ਵੀ ਉਹ ਤਾਂ ਸਹੀ ਸੀ ਜਮਾ ਗਿਆ ਚਾਰ ਪੰਜ ਸਾਲ ਹੋ ਗਏ ਗੱਲ ਨੂੰ ਉਹ ਤਾਂ ਸਹੀ ਸੀ ਜਮਾ ਵਧੀਆ ਸੀ ਠੀਕ ਸੀ ਆ ਹੁਣ ਹੀ ਹੋ ਗਿਆ ਅੱਛਾ ਜੀ ਬਸ ਪਤਾ ਹੀ ਕੀ ਹੋ ਰਿਹਾ ਜਵਾਕਾਂ ਨੂੰ ਕਰੀ ਜਾਂਦਾ ਰਾਜ ਆ ਗਿਆ ਕਿਵੇਂ ਆ ਠੀਕ ਹੈ ਹੋਰ ਕਿੱਥੇ ਵਗ ਗਿਆ ਸੀ ਓਏ ਮੈਂ ਚੰਡੀਗੜ੍ਹ ਤੂੰ ਤਾਂ ਆਈ ਨਹੀਂ ਹੋਇਆ ਮੁੜ ਕੇ ਆਹ ਤਾਂ ਗਿਆ ਫਿਰ ਹੁਣ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਤਾਹਾਂ ਬੈਠ ਤੂੰ ਓ ਅੱਛੀ ਠੀਕ ਹੈ ਨਹੀਂ ਤਾਹਾਂ ਬੈਠ ਯਾਰ ਮੈਂ ਜਾ ਕੀ ਕੁਛ ਨਹੀਂ ਲੈ ਇਹਨੂੰ ਹੋ ਜਾ ਨਾ ਮੈਂ ਹੋਰ ਬੈਠੋ ਹੋਰ ਵਧੀਆ ਮੈਂ ਲੈ ਹੁਣ ਵਧੀਆ ਕੁਛ ਨਹੀਂ ਦੇਣਾ ਕੰਮ ਦਾ ਕੋਈ ਮੁੰਦੀ ਨਹੀਂ ਹੈਗਾ ਕਿਉਂ ਉਹ ਹੀ ਬਸ ਵਿਆਹ ਹੋ ਗਿਆ ਮੇਰਾ ਤੈਨੂੰ ਪਤਾ ਮੈਨੂੰ ਸੱਦੀ ਨੀ ਯਾਰ ਉਹ ਪਤਾ ਨੀ ਕਿਵੇਂ ਹੋ ਗਿਆ ਅੱਛਾ ਕਿ ਨਾ ਆਂਟੀ ਹੋਰਾਂ ਨੇ ਸੱਦਿਆ ਹਨਾ ਹਾਂ ਤੂੰ ਆਈ ਨੀ ਹੈਗੀ ਸੋਹਣੀ ਮੇਰੀ ਬਹੂ ਆ ਬਹੂ ਦਾ ਕੋਈ ਨੀ ਫਿਰ ਮਿਲ ਲਾਂਗੇ ਭਾਬੀ ਨੂੰ ਤਾਂ ਹੋਰ ਆਂਟੀ ਠੀਕ ਹੋ ਠੀਕ ਆ ਬੁੱਤ ਠੀਕ ਆ ਫਿਰ ਹੁਣ ਇਹ ਦਵਾਈ ਦਵੂਈ ਕਿੱਥੋਂ ਲਿਆਉਣੇ ਨੇ ਦਵਾਈ ਅਸੀਂ ਪਟਿਆਲੇ ਤੋਂ ਉਹ ਵੀ ਲੈ ਲਈ ਚੰਡੀਗੜ੍ਹ ਤੋਂ ਵੀ ਤੇ ਉੱਥੋਂ ਵੀ ਖਾ ਲਈ ਇਹਨੇ ਇਹਨੂੰ ਰੱਖ ਲਾਂਗੇ ਦੋ ਦਿਨ ਦਵਾਈ ਤਾਂ ਇਹਨੂੰ ਬਾਹਲੀ ਦਵਾਈ ਆ ਮੈਂ ਤਾਂ ਬਹਿ ਜਾਣਾ ਹਵਾ ਇੰਨੀ ਚੱਲਦੀ ਹੈ ਮੇਰਾ ਭਾਈ ਹੈ ਮੇਰਾ ਯਾਰ ਦੋਸਤ ਅਸੀਂ ਹੋਏ ਹਾਂ ਅਸੀਂ ਛੋਟੇ ਹੁੰਦੇ ਤੋਂ ਇਕੱਠੇ ਪਰਾਏ ਆ ਪਹਿਲਾਂ ਮੈਂ ਹੁਣੀ ਗਿਆ ਸੀ ਪੰਜ ਚਾਰ ਸਾਲ ਹੋ ਗਏ ਤੂੰ ਮੈਨੂੰ ਆਏ ਦੱਸ ਮੇਰੀ ਬਹੁਤ ਸੋਹਣੀ ਆ ਕਿ ਨਹੀਂ ਸੋਹਣੀ ਆ ਸੋਹਣੀ ਆ ਨਾ ਜਮਾ ਓਏ ਬੋਲੀ ਜਾਂਦਾ ਰਹਿੰਦਾ ਸਾਰਾ ਦਿਨ ਚੁੱਪ ਕਰ ਜਾ ਮੈਂ ਓ ਦੇਖ ਲੈ ਨਾ ਆਏ ਨਹੀਂ ਕਰਦੇ ਹੁੰਦੇ ਖੇਡਾਂਗੇ ਛੀ ਬਾਈ ਸੋਹਣੀ ਆ ਬੇਲੀ ਬੈਠੀ ਖੇਡਣ ਨੂੰ ਚੱਲ ਤੇ ਬਾਈ ਚਾਹ ਪਾਣੀ ਪੀਤਾ ਕੋਈ ਕੋਈ ਅੰਦਰ ਕੀ ਕਰਾਂਗੇ ਯਾਰ ਉੱਥੇ
ਓ ਲੋਟ ਹੋ ਕੇ ਬਹਿ ਜਾਣਾ ਇੱਥੇ, ਨਾ ਬਹਿ ਜਾ ਮੈਂ ਇੱਧਰ ਬਹਿ ਜਾ। ਹੋਰ ਫਿਰ ਬਜੀ ਆ ਤੂੰ ਸਿਆਣਾ ਹੋਇਆ ਸਿਆਣਾ, ਮੈਂ ਤਾਂ ਉਹ ਜਨਾ ਖੇਡੂੰਗਾ ਤੂੰ ਜਵਾਕ ਹੈ ਯਾਰ ਖੇਡਣ ਨੂੰ ਜਾ ਸੇ ਯਾਰ ਤੂੰ ਸਾਰੇ ਓਏ ਯਾਰ ਕਿੰਨਾ ਛੋਣਾ ਹੈਗਾ ਇਹ ਤਾਂ ਛੱਡ ਦੇ ਖੇੜਾ ਤੂੰ ਧਰ ਇੱਧਰ ਧਰ ਦੇ ਉੱਥੇ ਮੈਂ ਨਹੀਂ ਧਰਦਾ ਦੇਖ ਲੈ ਫਿਰ ਮੈਂ ਗੁੱਸੇ ਹੋ ਜੂ ਮੈਂ ਵੀ ਨਹੀਂ ਤੇਰੇ ਨਾਲ ਖੇਡਣਾ ਐ ਨਹੀਂ ਵੇ ਖੇਡਾਂਗੇ ਆਪਾਂ ਐ ਗੱਲ ਤੋ ਕਰਦੀ ਆ ਦੇਖੀ ਤੈਨੂੰ ਮੈਂ ਤੇਰੇ ਕੋਲੇ ਆਇਆ ਸੀ ਜੱਸ ਯਾਰ ਵੀ ਮਿਲਾਂਗੇ ਬੈਠਾਂਗੇ ਗੱਲਾਂ ਕਰਾਂਗੇ ਪੂਰੀ ਆ ਜਾਣਾ ਯਾਰ ਜੱਸ ਮੈਂ ਨਹੀਂ ਯਾਰ ਮੈਂ ਤੇਰੇ ਕੋਲੇ ਆਇਆ ਸੀ ਕਰਦੇ ਨੂੰ ਸੋਹਣੀ ਲੱਗਦੀ ਆ ਨਾ ਉਹ ਸੋਡੀ ਜੋੜੀ ਸੋਹਣੀ ਲੱਗ ਰਿਹਾ ਹੈ ਬਹੂ ਤਾਂ ਤੇਰੀ ਆ ਘਰ ਵਾਲੀ ਤਾਂ ਤੇਰੀ ਆ ਤਾਂ ਹੀ ਕੱਪੜੇ ਅਸੀਂ ਇੱਕੋ ਜਿਹੇ ਤਾਂ ਹੀ ਜੋੜੀ ਬਣ ਗਈ ਹੋਰ ਨਾ ਦੇਖ ਸੋਹਣੇ ਕਿੰਨੇ ਲੱਗਦੇ ਤੁਸੀਂ ਇੱਕੋ ਜਿਹੇ ਕੱਪੜਿਆਂ 'ਚ ਤੂੰ ਇਹਦੇ ਆਖੇ ਲੱਗਿਆ ਘਰ ਚੁੱਪ ਕਰਕੇ ਬਹਿ ਜਾ ਨਹੀਂ ਜੇ ਤੂੰ ਗੱਲ ਕਰਨੀ ਆਉਂਦੀ ਮੇਰਾ ਜੀ ਨਹੀਂ ਲੱਗਦਾ ਦੇਖ ਲਓ ਬਾਈ ਆ ਕਰਤੂਤਾਂ ਨੇ ਇਹਦੀਆਂ ਤਾਂ ਨਹੀਂ ਬਾਈ ਪਹਿਲਾਂ ਤਾਂ ਜਦੋਂ ਨਾ ਮੈਂ ਗਿਆ ਇੱਥੋਂ ਤੇ ਜਮਾ ਸਹੀ ਸੀ ਉਸ ਤੋਂ ਬਾਅਦ ਇਹ ਜਦੋਂ ਐਕਸੀਡੈਂਟ ਹੋਇਆ ਨਾ ਉਦੋਂ ਦਾ ਐ ਹੋ ਗਿਆ ਮੈਨੂੰ ਤਾਂ ਨਹੀਂ ਲੱਗਦਾ ਮੈਂ ਤਾਂ ਜਿੱਦੇ ਦੀ ਵਿਆਹੀ ਆਈ ਆਂ ਕਿ ਆਹੀ ਹਾਲ ਹੈ ਇਹਦਾ ਨਹੀਂ ਮੈਂ ਨਾਲ ਹੀ ਰਹਿਣਾ ਛੋਟਿਆਂ ਦਾ ਮੈਨੂੰ ਪਤਾ ਇਹ ਤਾਂ ਪੜ੍ਹਨ ਪੁੜ੍ਹਨ 'ਚ ਬਾਹਲਾ ਹੁਸ਼ਿਆਰ ਸੀ ਮੈਨੂੰ ਵੀ ਵੱਧ ਹੁਸ਼ਿਆਰ ਸੀ ਲੱਗਦਾ ਕਿਸੇ ਪਾਸੇ ਹੁਸ਼ਿਆਰ ਤੈਨੂੰ ਫਿਰ ਯਾਰ ਹੁਣ ਤਾਂ ਮੰਨ ਲਵੀ ਐਕਸੀਡੈਂਟ ਦਾ ਕਰਕੇ ਆ ਨਾ ਇਹ ਦਿਮਾਗ ਤੇ ਥੋੜੀ ਝੋਟ ਲੱਗ ਗਈ ਉਹਦਾ ਕਰਕੇ ਆ ਹੌਲੀ ਹੌਲੀ ਹੋ ਜੂ ਸੈੱਟ ਆ ਖਡਾਉਣੇ ਆਪਦੇ ਬੱਚੇ ਖਡਾਉਣ ਵਾਸਤੇ ਆ ਇਹ ਖੁਦ ਖੇਡ ਰਿਹਾ ਇਹਨੂੰ ਤਾਂ ਐਂ ਨਹੀਂ ਪਤਾ ਵੀ ਵਿਆਹ ਕੀ ਹੁੰਦਾ ਤੇ ਬਹੂ ਕੀ ਹੁੰਦੀ ਹੈ ਇਹਨੂੰ ਤਾਂ ਇੰਨੇ ਵੀ ਨਹੀਂ ਪਤਾ ਜਦੋਂ ਹੁਣ ਦਿਮਾਗ ਹੀ ਨਹੀਂ ਕੰਮ ਕਰ ਰਿਹਾ ਨਾ ਫੇਰ ਹੀ ਉਹ ਕਰੂ ਅਜੇ ਤਾਂ ਫਿਰ ਇਹਦਾ 8-9 ਸਾਲ ਦੇ ਜਵਾਕ ਆ ਵਰਗਾ ਦਿਮਾਗ ਆ ਛੋਟੇ ਜਵਾਕਾਂ ਵਰਗਾ ਮੇਰੀ ਕਿਸਮਤ ਮਾੜੀ ਆ ਜੀ ਤੁਹਾਨੂੰ ਪਤਾ ਨਹੀਂ ਸੀਗਾ ਵੀ ਇਹਦੀ ਐਂ ਪ੍ਰੋਬਲਮ ਆ ਐਂ ਤਾਂ ਦੱਸੇ ਨਹੀਂ ਹੈਗਾ ਵੀ ਐਂ ਪ੍ਰੋਬਲਮ ਐਂ ਕਹਿਤਾ ਕਹਿੰਦੇ ਮੁੰਡਾ ਸੰਗਦਾ ਤਾਂ ਨਹੀਂ ਬੋਲਦਾ ਹੈਗਾ ਸ਼ਰਾਰਤੀ ਆ ਥੋੜਾ ਜਿਹਾ ਉਹੀ ਹਾਸੀ ਮਜ਼ਾਕ ਕਰ ਲੈਂਦਾ ਬਸ ਇੰਨੀ ਗੱਲ ਹੀ ਦੱਸੀ ਆ ਕੁਛ ਮਾਂ ਪਿਓ ਨੇ ਥੋੜਾ ਜਿਹਾ ਐਂ ਦੇਖ ਲਿਆ ਵੀ ਜ਼ਮੀਨ ਜ਼ਿਆਦੇ ਆ ਜ਼ਮੀਨ ਜ਼ਿਆਦਾ ਤਾਂ ਦੇਖੋ ਹੈਗੀ ਆ ਹਨਾ ਪਰ ਫਿਰ ਵੀ ਸੋਚਣਾ ਸੀਗਾ ਵੀ ਇਹਨੂੰ ਤੁਸੀਂ ਉਹ ਮੰਗਣੀ ਮੁੰਗਣੀ ਕਰਾ ਕੇ ਰੱਖ ਲਾਂਦੇ ਵੀ ਜਿੰਨਾ ਟਾਈਮ ਠੀਕ ਨਹੀਂ ਹੁੰਦਾ ਵੀ ਅਸੀਂ ਨਹੀਂ ਵਿਆਹ ਕਰਦੇ ਇਹ ਕਰ ਸਕਦੇ ਸੀ ਅਸੀਂ ਕੀ ਪਤਾ ਸੀਗਾ ਵੀ ਅਸੀਂ ਨਿਕਲੂਗੀ ਜੇ ਕਿਸਮਤ ਮੇਰੀ ਵੀ ਆਹ ਕੁਛ ਤੁਹਾਡੇ ਮੰਮੀ ਡੈਡੀ ਨੂੰ ਤਾਂ ਪਤਾ ਹੀ ਹੋਣਾ ਇਹ ਗੱਲਾਂ ਦਾ ਪਤੀ ਨਹੀਂ ਉਹਨਾਂ ਨੂੰ ਤਾਂ ਹੁਣ ਜੇ ਮੈਂ ਦੱਸਦੀ ਹਾਂ ਤਾਂ ਪਤਾ ਲੱਗਦਾ ਨਹੀਂ ਉਹਨਾਂ ਨੂੰ ਤਾਂ ਕੁਛ ਹੀ ਨਹੀਂ ਪਤਾ ਹੈਗਾ ਕਿਸਮਤ ਅੰਕਲ ਆਂਟੀ ਦੀ ਵੀ ਮਾੜੀ ਆ ਵਿਚਾਰਿਆਂ ਨੇ ਇਕੱਲਾ ਕਿਹੜਾ ਪੁੱਤਾ ਆਏ ਹੋ ਰਹੇ ਉਹ ਆਪ ਦੇਖ ਕਿੰਨੇ ਸਿਆਣੇ ਆ ਕੀ ਹੋ ਗਿਆ ਹਾਂ ਕੱਤ ਪੈ ਗਿਆ ਛੋਨਾ ਮੈਂ ਕਹਿੰਦਾ ਸਰਾਣਾ ਤੋਰਾ ਨੂੰ ਕਰ ਲੈ ਇਹ ਲੈ ਸੌਂਦੀ ਜਾਣਾ ਬਸ ਦਿਨੇ ਸੁੱਤਾ ਪਿਆ ਰਹੂਗਾ ਰਾਤ ਨੂੰ ਕਹਿ ਦੂਗਾ ਮੇਰੀ ਮੰਮੀ ਨਾਲ ਸੌਣਾ ਮੈਂ ਮੇਰੇ ਨਾਲ ਤਾਂ ਪੈਣਾ ਨੀ ਹੁਣ ਬਈ ਤੇਰੇ ਕੋਲੇ ਕੀ ਲੁੱਕਾ ਦੇਖੋ ਹੋਰ ਤਾਂ ਮੈਂ ਕਿਸੇ ਨੂੰ ਦੱਸ ਨਹੀਂ ਸਕਦੀ ਕੋਈ ਮੇਰਾ ਦਿਓਰ ਜੇਠਨੀ ਜਿਹਦੇ ਨਾਲ ਮੈਂ ਦੁੱਖ ਸਾਂਝਾ ਕਰ ਲਾਂ ਇਹ ਤਾਂ ਹੈ ਹੈ ਅੱਜ ਤੁਸੀਂ ਪਹਿਲੀ ਵਾਰ ਆਏ ਹੋਗੇ ਪਹਿਲੀ ਵਾਰ ਤੁਹਾਡੇ ਨਾਲ ਗੱਲਬਾਤ ਕੀਤੀ ਮੈਨੂੰ ਆ ਲੱਗਦਾ ਤੁਸੀਂ ਸਿਆਣੇ ਹੋਗੇ ਚੱਲ ਤਾਂਹੀਓ ਮੈਂ ਤੁਹਾਨੂੰ ਦੱਸਣ ਲੱਗ ਗਈ ਭਾਬੀ ਇਹ ਤਾਂ ਹੈ ਹੁਣ ਆਪ ਨੂੰ ਵੀ ਪਤਾ ਇਹ ਗੱਲਾਂ ਦਾ ਤਾਂ ਹਨਾ ਵੀ ਨਵਾਂ ਨਵਾਂ ਵਿਆਹ ਹੁੰਦਾ ਵੀ 100 ਚਾਹ ਹੁੰਦੇ ਬੰਦੇ ਦੇ ਮੇਰੇ ਤਾਂ ਚਾਹ ਸਾਰੇ ਦੇ ਸਾਰੇ ਅਧੂਰੇ ਰਹਿ ਗਏ ਮੈਨੂੰ ਤਾਂ ਨਾ ਮੈਂ ਵਿਆਹੀ ਹਾਂ ਜਾਂ ਨਾ ਮੈਂ ਕੁਮਾਰੀਆਂ ਜਾਂ ਉਧਰੋਂ ਤਾਂ ਸੱਸ ਸਹੁਰਾ ਮੈਤੋਂ ਜਵਾਕ ਦੀ ਆਸ ਕਰਦੇ ਆ ਸਾਨੂੰ ਕਦੋਂ ਦਿਖਾਏਗੀ ਦਾਦੀ ਬਣਾਏਗੀ ਪੋਤਾ ਪੋਤੀ ਦਾ ਮੂੰਹ ਦਿਖਾਏਗੀ ਮੈਂ ਪੋਤਾ ਪੋਤੀ ਦਾ ਮੂੰਹ ਇਹਨਾਂ ਨੂੰ ਕਿੱਥੋਂ ਦਿਖਾ ਦਾ ਜਦੋਂ ਉਹਨਾਂ ਨੂੰ ਖੁਦ ਪਤਾ ਗਾ ਵੀ ਸਾਡਾ ਮੁੰਡਾ ਇਹ ਲਾਇਕ ਹੈ ਨੀ ਇਹਨੂੰ ਇੰਨਾ ਵੀ ਨੀ ਪਤਾ ਹੈਗਾ ਵੀ ਮੈਂ ਵਿਆਹਿਆ ਜਾਂ ਮੈਂ ਕੁਮਾਰਾਂ ਇਹਨੇ ਤੇ ਇੱਕ ਖੇਡਣ ਵਾਲਾ ਮੈਨੂੰ ਖੰਡਿਆਉਣਾ ਬਣਾ ਰੱਖਿਆ ਕਹਿ ਦਿੰਦਾ ਖੇਡ ਲੈ ਮੇਰੇ ਨਾਲ ਬਸ ਜੇ ਰਾਤ ਨੂੰ ਬਾਹਲੀ ਹੱਦ ਕੀ ਆ ਬਈ ਗੱਲ ਤਾਂ ਇੱਥੇ ਮੁੱਕਦੀ ਆ ਵੀ ਮੈਨੂੰ ਇੰਨੇ ਸਾਲ ਹੋ ਗਏ ਇਹਨੂੰ ਅੱਜ ਤੱਕ ਇਹਨੇ ਮੇਰੇ ਨਾਲ ਸੁਹਾਗ ਰਾਤ ਵੀ ਨਹੀਂ ਮਨਾਈ
ਫਿਰ ਇਹਨੂੰ ਪਤਾ ਹੀ ਨਾ ਬੀਬ ਰਾਜੇ, ਤੈਨੂੰ ਵੀ ਪਤਾ ਨਾ ਜਦੋਂ ਠੀਕ ਹੋਊ ਫਿਰ ਇਹਨੂੰ ਪਤਾ ਲੱਗੂ ਕਿਤੇ। ਇਦੋਂ ਬਾਅਦ ਕੀ ਪਤਾ ਲੱਗੂਗਾ, ਮੈਨੂੰ ਤਾਂ ਨੀ ਲੱਗਦਾ ਵੀ ਇਦੋਂ ਬਾਅਦ ਕੁਛ ਪਤਾ ਲੱਗ ਜੂ। ਹੋ ਜੂ ਠੀਕ ਬਾਬੀ, ਕੋਈ ਨਾ, ਹਰੇਕ ਕੋਲ ਤਾਂ ਇਹ ਦੁੱਖ ਦੱਸੇ ਵੀ ਨੀ ਜਾਂਦੇ ਹੈਗੇ ਵੀ ਮੇਰੇ ਨਾਲ ਐਂ ਹੁੰਦਾ ਗਾ। ਬਾਲੀ ਘਰ ਰੋਟੀ ਪਾਣੀ ਖਾ ਲੋ, ਖਾ ਕੇ ਆ ਕੇ ਜੇ ਮੈਂ ਕਹੂੰ ਆ ਜਾ ਪੈ ਜਾ, ਇੱਧਰ ਮੂੰਹ ਕਰ ਲਾ, ਰੁੱਸ ਜੂਗਾ ਮੇਰੇ ਨਾਲ। ਬਸ ਮੈਨੂੰ ਨੀ ਡਰਨਾ ਪੈਂਦਾ ਹੈਗਾ, ਮੈਂ ਤਾਂ ਮੰਮੀ ਕੋਲੇ ਜਾ ਕੇ ਪੈਂਦਾ ਗਾ, ਬਸ ਜਾ ਕੇ ਆਪਦੀ ਮਾਂ ਕੋਲੇ ਪੈ ਜੂਗਾ, ਦਿਨੇ ਖੇਡੀ ਜਾਊਗਾ ਪਿਆਰ ਹੋਊਗਾ। ਚੱਲ ਇਹ ਗੱਲਾਂ ਤੈਨੂੰ ਮੈਂ ਹੌਲੀ ਹੌਲੀ ਸਮਝਾ ਦੂੰਗਾ ਬੀ, ਹੋ ਜੂ ਠੀਕ। ਮੈਂ ਤਾਂ ਦਿਨ ਕੱਟੀਆਂ ਕਰਦੀ ਹਾਂ ਜੀ ਇੱਥੇ ਬਸ ਇੱਕ। ਇਹ ਤਾਂ ਹੈ ਬਾਬੀ ਵੀ ਤੇਰਾ ਵੀ ਔਖਾ ਹੀ ਹੈ ਵਰਾਉਣਾ, ਬਸ ਇਕੱਲੇ ਮਾਂ ਬਾਪ ਨੇ ਜ਼ਮੀਨ ਦੇਖ ਲਈ, ਹੋਰ ਕੁਛ ਨੀ ਦੇਖਿਆ ਹੈਗਾ। ਉਹਨਾਂ ਨੇ ਵੀ ਗਲਤ ਕੀਤਾ ਗੱਲ, ਭਾਵੇਂ ਮੇਰਾ ਯਾਰ ਦੋਸਤ ਹੀ ਆਏ ਹਨਾ, ਵੀ ਜਦੋਂ ਨਹੀਂ ਸੈੱਟ ਸੀਗਾ ਹਜੇ ਰੁਕ ਜਾਂਦੇ, ਵੀ ਭਾਵੇਂ ਇੱਥੇ ਹੀ ਕਰ ਦਿੰਦੇ, ਬਾਅਦ ਚ ਪੰਜ ਚਾਰ ਸਾਲ ਰੁਕ ਜਾਂਦੇ ਜਿਹੜਾ ਇੰਨੀ ਕੁ ਸੈੱਟ ਹੋ ਜਾਂਦੇ। ਪਰ ਜਦੋਂ ਝੱਟ ਪੱਟ ਚ ਕਰਿਆ ਹੋਵੇ ਨਹੀਂ ਪਤਾ ਲੱਗਦਾ ਹੈਗਾ, ਚੱਲ ਉਦੋਂ ਦੇ ਤਾਂ ਮੰਨਦੀਆਂ ਮੈਂ ਵੀ, ਉਦੋਂ ਕਿਹੜਾ ਐਂ ਪਤਾ ਸੀ, ਦੇਖਣ ਗਈ ਲੈ ਆਏ ਸੀ ਤੁਰਤੀ, ਉਦੋਂ ਮੇਰੇ ਵੀ ਮਾਂ ਪਿਓ ਨੂੰ ਆਏ ਸੀਗੇ ਵਧੀਆ ਵੀ ਇੰਨੇ ਤਕੜੇ ਬੰਦੇ ਮਿਲਦੇ ਆਗੇ, ਇੰਨੀ ਜ਼ਮੀਨ ਆ, ਸਾਡੀ ਕੁੜੀ ਸੌਖੀ ਰਹੂਗੀ। ਤੁਰਤ ਪੈਰ ਹੁਣ ਤੁਸੀਂ ਆ ਕੇ ਬਹਿ ਗਿਆ, ਕਿਸੇ ਨੂੰ ਕੀ ਪਤਾ ਹੈਗਾ ਵੀ ਤੁਹਾਡੇ ਮਨ ਚ ਕੀ ਹੈ, ਤੁਹਾਡੇ ਦਿਮਾਗ ਚ ਕੀ, ਜਿੰਨਾ ਕੁ ਸਿਖਿਆ ਕੇ ਲਿਆ ਉਨਾ ਕੁ ਬੋਲ ਲਿਆ ਬਸ। ਇਹ ਤਾਂ ਹੈ, ਮੇਰੇ ਨਾਲ ਤਾਂ ਪਹਿਲਾਂ ਬਾਹਲਾ ਸਖੇੜਦਾ ਹੁੰਦਾ ਸੀ ਇਹ ਤਾਂ, ਜਦੋਂ ਮੈਂ ਗਿਆ ਨਾ ਇੱਥੋਂ, ਜਾਂ ਮੈਨੂੰ ਛੱਡਣ ਵੀ ਇਹੀ ਗਿਆ ਸੀ ਨਾਲ। ਹਾਂ ਪੈ ਗਿਆ ਬਸ, ਐਂ ਕਹਿ ਰੂ ਹੁਣ ਉੱਠ ਖੜੂਗਾ, ਜੇ ਠਾਤਾ ਤਾਂ ਉੱਠੂਗਾ, ਉੱਠ ਕੇ ਫੇਰ ਆਪਦੀ ਮੰਮੀ ਕੋਲ ਜਾ ਵੜੂਗਾ। ਔਖਾ ਹੀ ਆ ਬਾਬੀ ਤੇਰਾ ਵੀ ਹਨਾ, ਪਰ ਜਦੋਂ ਮੈਂ ਇਹਨੂੰ ਛੱਡ ਕੇ ਗਿਆ ਉਦੋਂ ਜਮਾ ਚੰਗਾ ਭਲਾ ਸੀ, ਮੈਨੂੰ ਇਹੀ ਛੱਡ ਕੇ ਆਇਆ ਸੀ ਉਦੋਂ ਤਾਂ, ਉਦੋਂ ਬਾਲਾ ਸਿਆਣਾ ਸੀ ਤਾਂ। ਕਿਹਦੇ ਕੋਲ ਦੁੱਖ ਰੋਵਾਂ ਆਪਦੇ, ਕੋਈ ਨੀ ਮੇਰਾ ਤਾਂ ਦੁੱਖ ਸੁਣਨ ਵਾਲਾ ਵੀ ਹੈਗਾ। ਕੋਈ ਨਾ ਭਾਬੀ, ਮੈਂ ਇਹਨਾਂ ਰਿਪੋਰਟਾਂ ਦਿਖਾਊ ਵੱਡੇ ਹਸਪਤਾਲ ਚ, ਉੱਥੇ ਮੁੰਡਾ ਹੈਗਾ ਮੇਰੇ ਨਾਲ ਜਾਣ ਪਛਾਣ ਦਾ, ਮੈਂ ਉਹਨੂੰ ਭੇਜੂ ਰਿਪੋਰਟਾਂ। ਚੱਲ ਤੁਹਾਡੇ ਨਾਲ ਗੱਲਾਂ ਲੱਗ ਗਈਆਂ ਤਾਂ ਆਪਦੇ ਦੁੱਖ ਲੈ ਕੇ ਬਹਿ ਗਈ, ਤੁਹਾਨੂੰ ਤਾਂ ਕੋਈ ਚਾਹ ਪਾਣੀ ਵੀ ਨਹੀਂ। ਨਾ ਨਾ ਕੋਈ ਨਾ ਭਾਬੀ, ਮੈਂ ਵੀ ਫੇਰ ਆਊਂ, ਕੋਈ ਨਾ ਤੁਸੀਂ ਉਹ ਕਰੋ ਇਹਨੂੰ ਦਵਾਈ ਦਵੂਈ ਦਿਓ ਟਾਈਮ ਤੇ, ਤੇ ਬਾਕੀ ਜੇ ਮੈਂ ਰਿਪੋਰਟਾਂ ਦੀਆਂ ਫੋਟੋਆਂ ਖਿੱਚ ਕੇ ਲੈ ਗਿਆ ਮੈਂ ਦਿਖਾਊਂ ਡਾਕਟਰ ਨੂੰ ਵੀ ਕੀ ਕਹਿੰਦਾ, ਫਿਰ ਮੈਂ ਤੁਹਾਨੂੰ ਦੱਸੂ। ਹਾਏ ਤਾਂ ਮੈਂ ਇੱਥੇ ਹਾਂ, ਚੱਲ ਕੋਈ ਹਾਂ, ਹਾਏ ਤਾਂ ਮੈਂ ਠਹਿਰ ਕੇ ਜਾਊਂ, ਇਹਨੂੰ ਸੈੱਟ ਕਰਕੇ ਜਾਊਂ। ਹੁਣ ਇਹ ਉੱਠਦਾ ਨੀ ਭਾਬੀ? ਹੁਣ ਇਹ ਨੀ ਉੱਠਦਾ, ਆਪਦੀ ਮਰਜ਼ੀ ਨਾਲ ਉੱਠੂਗਾ, ਜੇ ਠਾਤਾ ਮੇਰੇ ਨਾਲ ਲੜ ਪੂਗਾ, ਤੂੰ ਮੈਨੂੰ ਕਿਉਂ ਉਠਾਇਆ। ਅੱਛਾ ਗੇ, ਔਖਾ ਹੀ ਆ ਭਾਬੀ ਤੇਰਾ ਵੀ। ਚਲੋ ਭਾਬੀ ਫੇਰ ਆਊ ਮੈਂ, ਠੀਕ ਆ ਚੰਗਾ। ਵਿਚਾਰੀ ਨਾਲ ਕਿੰਨਾ ਪੱਕਾ ਕਰਿਆ। ਉੱਠ ਖੜ ਹੋਣਾ ਜਸ, ਦੇਖੀ ਕਿਵੇਂ ਹੱਥ ਡਿੱਗਦਾ ਗਾ, ਇਹਨੂੰ ਧਰਦੇ ਪਰੇ ਖੜਾ ਹੋ, ਚੱਲ ਵਗ ਗਿਆ ਰਾਜ ਤਾਂ, ਆਪ ਤਾਂ ਸੌਂ ਗਿਆ, ਮੈਨੂੰ ਬਿਠਾ ਤਾ ਉਹਦੇ ਕੋਲੇ, ਗੱਲਾਂ ਮਾਰ ਲਾ। ਕਿਉਂ ਉਠਾਇਆ ਗਾ, ਆ ਬੂਟ ਬਾਟ ਦਾ ਲਾ ਕੇ ਪੈ ਜਾ ਕਰ, ਕਿਉਂ ਇੰਨਾ ਦੁਖੀ ਕਰਦਾ ਤੂੰ ਮੈਨੂੰ, ਉੱਠ ਚੱਲ ਬਾਹਰ, ਚੱਲ ਬਾਹਰ ਕੀ ਕਰਨਾ, ਚੱਲ ਹੁਣ ਤੂੰ ਬੂਟ, ਆਏ ਹਾਏ ਮੈਨੂੰ ਲਾਉਣੇ ਪੈਣਗੇ, ਕਾਹਨੂੰ ਲਾਉਂਦਾ ਤੂੰ, ਜਾ ਹੀ ਸਹੀ ਅੱਜ ਮੰਮੀ ਕੋਲੇ ਉੱਠ ਕੇ, ਚੰਗਾ ਲੋਟ ਹੋ ਕੇ ਪੈ ਜਾ, ਥੋੜਾ ਜਿਹਾ ਹੋਰ ਇੱਧਰ ਹੋ ਜਾ, ਮੈਂ ਵੀ ਪਾਉਂਗੀ ਉਰੇ, ਖੜ ਜਾ ਮੈਨੂੰ ਬਾਹਰ ਡਾ ਦਿੰਦੇ। ਸਾਰਾ ਦਿਨ ਨਾ ਖੜਾਉਣਾ ਵੀ ਖੇਡੀ ਜਾਊਗਾ, ਕਿੰਨਾ ਸੋਹਣਾ ਮੁੱਖੜਾ ਹੈ ਜੇ ਮੈਨੂੰ ਪਿਆਰ ਕਰ ਲੈਣਾ, ਹੈ ਸ਼ਰਾਰਤਾਂ ਕਰਦਾ ਰਹਿੰਦਾ, ਕੀ ਹੋ ਗਿਆ, ਚੁੱਪ ਕਰਕੇ ਪਾਇਆ ਇੱਥੇ।
ਚੇਪੀ ਲਾ ਦੂ ਮੈਂ ਚੇਪੀ ਲਾ ਦੂ ਤੇਰੇ ਲੱਗ ਰਿਹਾ ਚੇਪੀ ਕੀ ਬਜੀ ਮਾਰੂੰਗੀ ਫਿਰ ਮੈਂ ਕੀ ਮੇਰੀ ਕਿਸਮਤ ਆ ਗਈ ਮੈਂ ਕਿਹਾ ਬਿਠਾ ਲੂੰਗੀ ਇੱਥੇ ਨਾਲ ਪਾਉਂਗੀ ਮੈਨੂੰ ਕੋਈ ਰਾਸ ਨਾ ਆਇਆ ਹੁਣ ਕਿਵੇਂ ਬਣੂਗਾ ਇਹਨਾਂ ਦਾ ਫੇਰ ਝੋਰਾ ਲੱਗ ਰਿਹਾ ਹੁਣ ਕਿਵੇਂ ਕਰੀਏ ਕੀ ਹੱਲ ਕਰੀਏ ਕੀ ਹੱਲ ਹੋਣਾ ਤੇ ਆਪ ਕਲਪਨਾ ਲੱਗੀ ਰਹਿੰਦੀ ਆ ਫਿਰ ਹੁਣ ਤੂੰ ਦੱਸ ਕੀ ਬਣੂਗਾ ਫਿਰ ਉਦੋਂ ਤਾਂ ਹੁਣ ਆਪਾਂ ਬਹਾਨੇ ਜੇ ਨਾ ਬਹਿ ਲਿਆ ਦੱਸਿਆ ਨੀ ਆਪਾਂ ਵੀ ਮਾੜਾ ਜਿਹਾ ਦੱਸਤਾ ਹੁੰਦਾ ਵੀ ਹੈ ਤਾਂ ਬੈਠਾ ਜੇ ਫਿਰ ਤਾਂ ਠੀਕ ਸੀਗਾ ਹੁਣ ਕਸੂਰ ਕੁਛ ਆਪਣੇ ਚ ਵੀ ਹੋ ਗਿਆ ਹੋਰ ਇਹ ਤਾਂ ਹੈਗਾ ਹੁਣ ਫਿਰ ਆਪਾਂ ਗੱਲ ਹੀ ਨੀ ਕਰੀ ਉਹਨੂੰ ਦੱਸਿਆ ਹੁੰਦਾ ਵੀ ਮਾੜਾ ਮੈਟਰ ਦਾ ਜ਼ਰੂਰ ਵੀ ਜਾਇਦਾਦ ਬਥੇਰੀ ਆ ਵੀ ਕਾਸੇ ਦਾ ਤੋੜਾ ਨੀ ਹੈਗਾ ਫਿਰ ਤਾਂ ਠੀਕ ਸੀਗਾ ਕੁਛ ਤਾਂ ਹੁਣ ਆਪਣਾ ਕਸੂਰ ਵੀ ਹੋਵੇ ਚ ਕਿਵੇਂ ਕੁਛ ਕਰਕੇ ਹੁਣ ਉਹ ਮੁੰਡਾ ਨੀ ਉਹ ਬੇਚਾਰਾ ਬੋਲਦਾ ਨੀ ਚੁੱਪ ਕਰਿਆ ਜਾਂ ਫਿਰਦਾ ਰਹਿੰਦਾ ਫਿਰ ਹੁਣ ਉਹ ਲੜਦੀ ਆ ਗਈ ਹੁਣ ਕਿਵੇਂ ਹੱਲ ਹੋਵੇ ਉਹ ਮੈਨੂੰ ਵੀ ਲੜਕੇ ਹਟੀ ਆ ਕਹਿੰਦੀ ਜਮਾ ਸਿੱਧਰ ਆਗਾ ਫਿਰ ਹੁਣ ਕਿਵੇਂ ਹੱਲ ਹੋਊਗਾ ਹੁਣ ਕਿਵੇਂ ਦੇਖੋ ਕਿਵੇਂ ਰਾਇ ਰੂ ਕਰ ਲੋ ਉਹ ਤਾਂ ਕਹਿੰਦੀ ਮੈਂ ਚੱਕੇ ਚੁੰਨੀ ਪਿੰਡ ਵਗ ਜੂਗੀ ਕੋਈ ਨੀ ਕਰ ਲੋ ਬਾਈ ਪਰਸੋਂ ਕਰ ਲੋ ਮਾਤਾ ਫੋਨ ਤੇ ਲੱਗ ਰਹੀ ਹੈ ਠੀਕ ਆ ਬਾਈ ਫਿਰ ਕੁੜੀ ਆ ਗਈ ਉਹ ਠੀਕ ਹੈ ਕਿਹਦੇ ਰੌਲਾ ਨਿਬੇੜੀ ਜਾਂਦੀ ਹੈ ਪਿੰਡ ਜਾ ਕੇ ਰੌਲਾ ਪਈ ਕੁੜੀ ਦਾ ਕਿਸੇ ਕੁੜੀ ਦਾ ਰੌਲਾ ਨਿਬੇੜਨ ਤੇ ਤਾਂ ਆ ਗਈ ਤੇ ਮੇਰਾ ਵੀ ਨਿਬੇੜਦੇ ਕੁਛ ਮੈਂ ਨੀ ਰਹਿਣਾ ਹੈਗਾ ਮੈਂ ਮੇਰਾ ਤਾਂ ਆਪ ਇੱਕ ਪਾਸੇ ਕਰਾ ਦੇ ਜਿਵੇਂ ਦੂਜਿਆਂ ਦੇ ਰੌਲੇ ਨਿਬੇੜ ਦੇਗਾ ਨਾ ਮੈਂ ਤੇ ਧੀ ਆ ਗਈ ਦੇਖ ਤੂੰ ਧੀ ਦਾ ਵੀ ਨਿਬੇੜ ਦੇ ਕਰੀ ਕੀ ਵੀ ਤਾਂ ਹੁਣ ਬੇੜਾ ਬੈਠਿਆ ਵਿਚੋਲਾ ਉਹਦਾ ਕਹਿੰਦਾ ਉਹ ਨਰਮਾ ਭਾਈ ਬਾਇ ਨੀ ਖਾਇਆ ਨੀ ਵਧੀਆ ਮੁੰਡਾ ਹੈਗਾ ਮਾਂ ਨਰਮਾ ਤਾਂ ਇੱਕ ਹੋਰ ਲੋਟ ਹੁੰਦਾ ਵੀ ਨਰਮਾ ਦਾ ਜਦ ਬੰਦਾ ਬੋਲਦਾ ਨੀ ਹੈ ਨਾ ਉਹ ਹੈਗਾ ਉਹ ਤਾਂ ਜਮੀ ਸਿਧਰਾ ਮਾਂ ਅੱਛਾ ਉਹਦਾ ਨੂੰ ਨਾ ਉਹਨੂੰ ਖਾਣ ਦਾ ਨਾ ਪਹਿਨਣ ਦਾ ਕਾਸੇ ਦੀ ਚੱਜ ਨੀ ਹੈਗਾ ਮਾਂ ਅੱਛਾ ਮਾਂ ਮੈਂ ਤਾਂ ਇੰਨੀ ਨਜਾਇਜ਼ ਦੁਖੀ ਹੈਗੀ ਫੇ ਬੁੜੀ ਨੀ ਕੁਛ ਕਹਿੰਦੀ ਮਾਂ ਉਹਨੂੰ ਕੀ ਸਮਝਾਓਗੀ ਬੁੜੀ ਤਾਂ ਇਹ ਕੁਛ ਤਾਂ ਮਤ ਦੇ ਵੀ ਆ ਰਹੇ ਪੱਪੂ ਨੂੰ
ਮੱਤ ਤਾਂ ਫੇਰ ਹੀ ਦਊਗੇ ਜੇ ਉਹਨੂੰ ਮਾੜਾ ਮੋਟਾ ਦਾ ਦਿਮਾਗ ਹੋਊਗਾ ਫੇਰ ਉਹਨੂੰ ਮੱਤ ਆਊਗੀ ਜਦੋਂ ਦਿਮਾਗ ਹੀ ਨੀ ਹੈਗਾ ਉਹਦਾ ਉਹਨੂੰ ਮੱਤ ਕੀ ਆਊਗੀ ਉਹਨੂੰ ਮੱਤ ਆਉਣੀ ਹੈਗੀ ਕੋਈ ਮੈਂ ਜਾ ਕੇ ਆਊਂਗੀ ਫਿਰ ਕਦੇ ਮੈਂ ਤੂੰ ਕੀ ਕਰੇਂਗੀ ਜਾ ਕੇ ਮੈਨੂੰ ਤਾਂ ਨੀ ਲੱਗਦਾ ਹੈਗਾ ਵੀ ਕਿਸੇ ਦੇ ਸਮਝਾਏ ਤੇ ਸਮਝ ਜੂਗਾ ਉਹਨੂੰ ਕਾਸੇ ਵੀ ਨੀ ਉਹਨੂੰ ਭੈਣ ਸੌਣ ਦਾ ਉਹਨੂੰ ਨੀ ਪਤਾ ਹੈਗਾ ਮੈਂ ਜਦ ਬਾਲਾ ਕੀ ਪੁੱਛਦੀਆਂ ਨਾ ਉਹ ਮੇਰੇ ਨਾਲ ਵੀ ਨੀ ਪੈਂਦਾ ਹੈਗਾ ਜੇ ਪਊਗਾ ਜਵਾਕਾਂ ਹਰਕਤਾਂ ਮੈਂ ਤਾਂ ਮੈਨੂੰ ਨੀ ਕੋਲੇ ਪਿੰਡਾਂ ਜਾ ਕੇ ਮੈਂ ਟ੍ਰੇਨਿੰਗ ਕਰੂੰਗਾ ਮੈਂ ਤਾਂ ਲੁੱਟੀ ਨੀ ਖਾਧੀ ਇੰਨੇ 24 ਘੰਟੇ ਵਾਸਤੇ ਜਵਾਕਾਂ ਨੇ ਮੱਥੇ ਚੌੜੀ ਕਰੀ ਫਿਰ ਉਹਨੇ ਵਿਹਣੀ ਨੀ ਸੀ ਵੇਚ ਜਾ ਚਾਂਬਲਿਆ ਕਰਦਾ ਹੋਵੇ ਇਹਦੇ ਬਾਰੇ ਤੂੰ ਸੋਚੀ ਜਾਂਦੀ ਹੈਗੀ ਵੀ ਇੱਥੇ ਕਿਵੇਂ ਰਹੇਗੀ ਮੇਰੇ ਬਾਰੇ ਵੀ ਸੋਚ ਲਾ ਕੋਈ ਮੇਰੀ ਵੀ ਜ਼ਿੰਦਗੀ ਘਰੇ ਬਹੁਤ ਚੰਗੇ ਲੱਗਦੇ ਪੁੱਤ ਜਵਾਕ ਪਾਲਦੀ ਆ ਜਵਾਕਾਂ ਦੇ ਨਾਲ ਹੋ ਜਾਣਗੇ ਮੇਰੇ ਭਲਾ ਜਾਓ ਚੱਲ ਮੈਂ ਜਵਾਕਾਂ ਮੱਤਾਂ ਜੇ ਮੈਂ ਕਹਿ ਦੂਰ ਪੈ ਉਸ ਤੋਂ ਬੰਦੇ ਨਾਲ ਵੀ ਕਰਾਂਗੀ ਕੀ ਕਹਿੰਦਾ ਹੈਗਾ ਕਿਹਾ ਤੂੰ ਆਪਣੇ ਘਰੇ ਜਾ ਪਈ ਅੱਜ ਮੈਂ ਆਊ ਬਾਬੀ ਹਾਂਜੀ ਜੀ ਵਧੀਆ ਜਸ ਕਿੱਧਰ ਗਿਆ ਜਸ ਤੈਨੂੰ ਪਤਾ ਹੀ ਕਿੱਥੇ ਜਾਣਾ ਗਾ ਇੱਕ ਟਿਕਾਣਾ ਹੀ ਉਹ ਖੇਡਣ ਗਿਆ ਜਵਾਕਾਂ ਨਾਲ ਬਾਹਰ ਉਹਦਾ ਔਖਾ ਹੋ ਗਿਆ ਹਨਾ ਮੈਂ ਦਿਖਾਈਆਂ ਸੀ ਰਿਪੋਰਟਾਂ ਹੀ ਉਹਦੀਆਂ ਡਾਕਟਰ ਤਾਂ ਕਹਿੰਦਾ ਬਈ ਲੱਗ ਜੂ ਸਾਲਿਆਂ ਨੂੰ ਠੀਕ ਹੁੰਦੇ ਹੁੰਦੇ ਡਾਕਟਰ ਨੇ ਤਾਂ ਕਹਿਣਾ ਹੀ ਹੁੰਦਾ ਹੈਗਾ ਵੀ ਸਾਲ ਲੱਗ ਜੂਗਾ ਕੀ ਪਤਾ ਹੋਊਗਾ ਵੀ ਕਿ ਨਾ ਠੀਕ ਨਾ ਉਹ ਤਾਂ ਜ਼ਿੰਮੇਵਾਰੀ ਲੈਂਦਾ ਹੁੰਦਾ ਕਹਿੰਦਾ ਮੈਥੋਂ ਦਵਾਈ ਦਵਾਓ ਕਹਿੰਦਾ ਠੀਕ ਕਿਵੇਂ ਨਾ ਹੋਊ ਨਹੀਂ ਹੋ ਸਕਦਾ ਠੀਕ ਮੈਂ ਤੁਸੀਂ ਕੀ ਸੋਚੀਏ ਜਾਂਦੇ ਸੀ ਬੈਠੇ ਤੁਹਾਡੇ ਬਾਰੇ ਸੋਚ ਰਹੀ ਸੀ ਕਿਉਂ ਮੇਰੇ ਬਾਰੇ ਕੀ ਸੋਚਣਾ ਕਿਉਂ ਸੋਚਣਾ ਨਹੀਂ ਹੈਗਾ ਤੇਰੇ ਬਾਰੇ ਕੁਛ ਲੈ ਫਿਰ ਵੀ ਦੱਸ ਵੀ ਦੇ ਵੀ ਕੀ ਸੋਚੀ ਜਾਂਦੀ ਸੀ ਮੇਰੇ ਬਾਰੇ ਕਿਆ ਸੋਚਦੀ ਸੀ ਵੀ ਰੋਜ਼ ਹੀ ਆ ਜਾਂਦਾ ਮੈਂ ਤਾਂ ਚਾਹੁੰਦੀ ਹਾਂ ਵੀ ਰੋਜ਼ ਆਵੇਂ ਮਤਲਬ ਮੇਰੀ ਗੱਲ ਸੁਣ ਦੇਖ ਮੈਨੂੰ ਦੇਖੀ ਆਪਦੀ ਇਹ ਕੀ ਆ ਗਲਤ ਨਾ ਸਮਝ ਮੈਨੂੰ ਠੀਕ ਆ ਨਾ ਮੇਰੀ ਥਾਂ ਤੇ ਹੋ ਕੇ ਦੇਖ ਮੇਰੇ ਵੀ ਕੁਛ ਅਰਮਾਨ ਹੈਗਾ ਮੇਰੇ ਵੀ ਮੇਰਾ ਵੀ ਦਿਲ ਹੈਗਾ ਮੈਨੂੰ ਵੀ ਚਾਹੀਦਾ ਹੈਗਾ ਨਾ ਪਤੀ ਦਾ ਪਿਆਰ ਮੇਰੇ ਨਾਲ ਤਾਂ ਦੇਖੋ ਬੱਬੇ ਦਾ ਗਲਤ ਗੱਲ ਹੋਈ ਬਰਾ ਕੋਈ ਗਲਤ ਗੱਲ ਨੀ
ਤੂੰ ਮੇਰਾ ਦਿਓਰ ਹੈਗਾ, ਠੀਕ ਹੈ ਨਾ? ਦਿਓਰ ਤਾਂ ਹੈਗਾ ਭਾਬੀ, ਫੇਰ ਵੀ ਆਏ ਤਾਂ ਫੇਰ ਵੀ ਥੋੜਾ ਜਿਹਾ ਆਉਟ ਜਿਹਾ ਨਹੀਂ ਲੱਗਦਾ ਤੈਨੂੰ? ਤੈਨੂੰ ਆਉਟ ਲੱਗਦਾ ਹੋਊਗਾ ਪਰ ਮੈਨੂੰ ਨਹੀਂ ਨਾ ਲੱਗਦਾ। ਮੇਰੇ ਵੀ ਕੁਛ ਸੁਪਨੇ ਆ ਗਏ, ਮੇਰੀ ਜਗ੍ਹਾ ਤੇ ਸੋਚ, ਕੇ ਦੇਖ। ਉਹ ਤਾਂ ਠੀਕ ਆ ਭਾਬੀ, ਜੇ ਮੇਰੀ ਜਗ੍ਹਾ ਤੇ ਤੂੰ ਹੁੰਦਾ ਤੂੰ ਨਾ ਇਹ ਚਾਹੁੰਦਾ? ਇਹ ਤਾਂ ਹੈ, ਪਰ ਫੇਰ ਵੀ ਯਾਰ ਐ ਵੀ ਆਖਣਗੇ ਘਰੇ ਆਉਂਦਾ ਸੀਗਾ ਪਤਾ ਨੀ ਵੀ ਉਹ ਕਰ ਗਿਆ, ਐ ਜਾਨ ਮਾਰਜੀ ਵਾਲਾ ਕੰਮ ਹੋ ਜਾਣਾ। ਆਪਦੇ ਬਾਰੇ ਸੋਚ ਰਿਹਾ ਗਾ, ਊਂ ਤਾਂ ਤੂੰ ਕਹਿੰਦਾ ਗਾ ਮੈਂ ਤੇਰੇ ਬਾਰੇ ਇੰਨਾ ਸੋਚਦਾ ਗਾ ਵੀ ਤੂੰ ਸੋਚਦਾ ਹੈਗਾ ਵੀ ਤੇਰਾ ਘਰ ਵਾਲਾ ਸਹੀ ਨੀ ਹੈਗਾ। ਫਿਰ ਉਹ ਤਾਂ ਸੋਚਦਾ, ਉਹ ਸੋਚ ਆਪਦੀ ਜਗ੍ਹਾ ਤੇ ਭਾਬੀ, ਪਰ ਆਹ ਗੱਲ ਤਾਂ ਹੁਣ ਆਪ ਹੋਰ ਵੀ ਕੁਛ ਸੋਚਾਂ ਚ ਪਾ ਦਾ ਤੂੰ ਵੀ ਇਹਨੂੰ। ਕਿਉਂ ਗਲਤ ਲੱਗ ਰਿਹਾ ਤੈਨੂੰ ਕੋਈ? ਨਹੀਂ ਨਹੀਂ ਗਲਤ ਤਾਂ ਮੈਂ ਕਿਹਾ ਨੀ। ਫੇਰ ਇੱਕ ਵਾਰੀ ਸੋਚ ਕੇ ਤਾਂ ਦੇਖ ਦੂ, ਨਹੀਂ ਕਿਸੇ ਨੂੰ ਵੀ ਪਤਾ ਲੱਗਦਾ ਕੁਛ ਵੀ। ਚੱਲ ਦੇਖਦੇ ਆ ਫਿਰ, ਕੋਈ ਨਾ ਸੋਚ ਲਈ। ਐ ਤਾਂ ਕੀ ਸੋਚਣਾ, ਚੱਲ ਕੋਈ ਨਾ ਬੱਬੀ ਸੋਚੂਗਾ ਫਿਰ। ਇਹਦੇ ਚ ਸੋਚਣ ਵਾਲੀ ਕੀ ਗੱਲ ਹੈਗੀ? ਲੈ ਦੇਖੀ, ਹੋਰ ਤੂੰ ਤਾਂ ਕੁੜੀਆਂ ਵਾਂਗੂ ਸੰਗ ਰਿਹਾ ਗਾ। ਦੇਖ ਮੈਂ ਮੂਹਰੇ ਹੋ ਕੇ ਤੈਨੂੰ ਦੱਸ ਰਹੀ ਹਾਂ ਆਪਦੇ ਫੀਲਿੰਗ, ਕਿੱਥੇ ਤਾਂ ਤੂੰ ਆਪਦੇ ਆਪ ਕਹਿਣਾ ਸੀ, ਕਿੱਥੇ ਮੈਂ ਕਹਿ ਰਹੀ ਹਾਂ। ਚੰਗਾ ਫਿਰ, ਕੋਈ ਨਾ ਚੱਲ ਠੀਕ ਹੈ, ਸੋਚ ਕੇ ਦੇ। ਚੰਗਾ ਸੱਚ ਨੰਬਰ ਤਾਂ ਦੱਸ ਦੇ। ਨੰਬਰ ਲੈ ਪਰਖ ਜਮਾ ਸੁਣ। ਹਲੋ ਰਾਜ ਭਰਤਾ, ਠੀਕ ਹੈ ਰਾਜ? ਚੱਲ ਨੰਬਰ ਤਾਂ ਮਿਲ ਗਿਆ, ਰਾਜ ਦੀ ਰਾਣੀ ਬਣ ਕੇ ਰਾਜ ਕਰੂੰਗੀ। ਚੱਲ ਕੋਈ ਤਾਂ ਹੈਗਾ ਜਿਹੜਾ ਮੈਨੂੰ ਚਾਹੁੰਦਾ ਹੈਗਾ, ਮੈਨੂੰ ਪਿਆਰ ਕਰੂਗਾ।